ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਖਰਾਜ ਸਿੰਘ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਦਾਸ ਇੰਨਾ ਹੀ ਕੁਛ ਕਹਿੰਦਾ, ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਹੀ ਸੰਸਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 48 ਘੰਟੇ ਬਾਣੀ ਦਾ ਜੋ ਪ੍ਰਵਾਨ ਹੋਇਆ, ਇਹ ਸਭ ਤੋਂ ਸੱਚੀ ਸੁੱਚੀ ਸ਼ਰਧਾਂਜਲੀ ਆ। ਬਾਕੀ ਅਸੀਂ ਜਿੰਨੇ ਵੀ ਭਰਾ ਆਏ ਹਾਂ ਸਾਰੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ। ਇੰਨੇ ਹੀ ਕਈ ਸ਼ਬਦ ਕਹਿੰਦੇ ਹੋਏ ਖਮਾਂ ਦੇ ਜਾ ਚੁੱਕਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਜੋ ਚਲਾਣਾ ਕਰ ਚੁੱਕੇ ਨੇ ਪਰ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਾਡੀ ਪਾਰਟੀ ਨੂੰ, ਸਾਡੇ ਇਲਾਕੇ ਦੇ ਬੰਦਿਆਂ ਨੂੰ ਘਾਟਾ ਪਿਆ ਵਾ, ਪਰ ਉਹ ਘਾਟਾ ਸਾਡਾ ਕਦੇ ਪੂਰਾ ਨਹੀਂ ਹੋਏਗਾ। ਪਰ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਘਾਟਾ ਵਾ, ਪਰ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਅਤੇ ਉਹਨਾਂ ਦੀ ਮਿਹਨਤ ਬਹੁਤ ਹਟਲ ਸੀ, ਪਰ ਆਪਾਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦੁੱਖ ਦੀ ਘੜੀ ਕਦੇ ਕੋਈ ਗੱਲ ਨਹੀਂ ਜੀ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ, ਆਪਣੇ ਸਾਥੀ ਜਸਵਿੰਦਰ ਮਾਨਾਵਾਲਾ ਵੱਲੋਂ ਅਤੇ ਆਪਣੀ ਸਮੁੱਚੀ ਜਥੇਬੰਦੀ ਵੱਲੋਂ ਆਪਣੇ ਵੀਰ ਸੁਖਰਾਜ ਠੱਕੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਨਾਲ ਹੀ ਪਰਮਾਤਮਾ ਨੂੰ ਅਰਦਾਸ ਕਰਦਾ, ਇਹ ਪਰਮਾਤਮਾ ਹੈ ਸੱਚੇ ਪਿਤਾ ਕਿ ਆਪਣੀ ਵਿਛੜੀ ਜੂਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਵਾਹਿਗੁਰੂ। ਮੈਂ ਆਪਣੀ ਜਥੇਬੰਦੀ ਐਲੀਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ, ਮੇਰੇ ਨਾਲ ਮੇਰੇ ਸਾਥੀ ਸੀਨੀਅਰ ਮੀਤ ਪ੍ਰਧਾਨ ਪਰਮਵੀਰ ਔਖੇ ਜੀ ਆਏ ਨੇ, ਸਰਬਜੀਤ ਜੀ ਆਏ ਨੇ, ਹੋਰ ਸਾਡੇ ਟੀਚਰ ਭਰਾ ਆਏ ਨੇ। ਮੈਂ ਆਪਣੇ ਕੋਲ ਆਪਣੇ ਪਰਿਵਾਰ ਵੱਲੋਂ ਇਸ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਪਰਮਾਤਮਾ ਕਰਕੇ ਇਹੋ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਜਦੋਂ ਵੀ ਵੀਰ ਆਵੇ ਮੈਂ ਤਾਂ ਕਹਿੰਦਾ ਸਾਡਾ ਉਹ ਭਰਾ ਬਣ ਕੇ ਆਵੇ, ਸਾਡੀ ਬਾਂਹ ਬਣ ਕੇ ਆਵੇ, ਸਾਡੇ ਨਾਲ ਫਿਰ ਉਹ ਵਿਚਰੇ। ਇੰਨਾ ਕੁਛ ਕਹਿੰਦਾ ਆ ਕਿ ਮੈਂ ਦੱਸ ਗਿਆ ਜੀ, ਪਿੱਛੋਂ ਪਰਿਵਾਰ ਨੂੰ ਪਾਣਾ ਮਿਲਣ ਦਾ ਬਲ ਬਖਸ਼ੇ ਜੀ। ਧੰਨਵਾਦ ਸਾਰੇ ਸਰ। ਸਾਡੀ ਪਾਰਟੀ, ਸਾਡੀ ਜਥੇਬੰਦੀ ਦੁੱਖ ਸੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਆ, ਕਿਉਂਕਿ ਉਹ ਸਾਡਾ ਮਿੱਤਰ ਸੀ। ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਰਹਿਣ ਦਾ ਬਲ ਬਖਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਗਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਹ ਉਸ ਵੀਰ ਨੂੰ ਯਾਦ ਰੱਖਣਾ ਸਦਾ, ਜਿਹੜੇ ਜਿਹੜੇ ਉਹਨੇ ਕੰਮ ਕਹੇ ਆ ਉਹ ਕੰਮ ਅਸੀਂ ਪੂਰੇ ਕਰਨੇ ਆ। ਸਗਰਾਜ ਵੀਰ, ਬੱਬੂ ਵੀਰ ਦੇ ਨਾਲ ਅਸੀਂ ਖਲੋਤੇ, ਅੱਗੇ ਵੀ ਖਲੋਤੇ ਸੀ, ਹੁਣ ਵੀ ਖਲੋਤੇ ਹਾਂ। ਸਗਰਾਜ ਚਲੇ ਗਿਆ ਕੋਈ ਗੱਲ ਨਹੀਂ, ਅਸੀਂ ਪਿੱਛੇ ਹਾਂ। ਕੁਝ ਵੀ ਹੋ ਜੇ, ਕੁਝ ਵੀ ਤੂਫਾਨ ਆ ਜੇ, ਜੋ ਮਰਜ਼ੀ ਆ ਜੇ, ਅਸੀਂ ਨਾਲ ਆ, ਅਸੀਂ ਨਹੀਂ ਭੱਜਦੇ। ਪਰ ਥੋੜ੍ਹਾ ਪਾਰਟੀ ਨੂੰ ਵੀ ਫਰਜ਼ ਉਹਦਾ ਜ਼ਰੂਰ ਨਿਭਾਉਣਾ ਚਾਹੀਦਾ, ਬਹੁਤ ਉਹਨੇ ਧੱਕੇ ਖਾਧੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੰਜਾਬ ਦੀਆਂ ਮਾਵਾਂ ਵੱਲੋਂ ਆਪਣੇ ਬੇਟੇ ਨੂੰ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਅਤੇ ਮਾਵਾਂ ਵੱਲੋਂ ਪਿਆਰ ਦੇ ਫੁੱਲ ਸੁਖਰਾਜ ਨੂੰ ਭੇਟ ਕਰਦੀਆਂ। ਅਤੇ ਜਿਸ ਤਰ੍ਹਾਂ ਰਾਗੀਆਂ ਨੇ ਕਿਹਾ ਸੀ ਸਵਰਗ ਨਰਕ ਕੋਈ ਨਹੀਂ, ਮੈਂ ਵੀ ਸਹਿਮਤ ਹਾਂ। ਸੱਚਖੰਡ, ਸੱਚਖੰਡ ਉਹ ਜਿੱਥੇ ਗੁਰੂ ਸ਼ਬਦ ਦਾ ਪ੍ਰਵਾਹ ਚੱਲਦਾ। ਸੁਖਰਾਜ ਜਿੱਦਣ ਇੱਥੋਂ ਗਿਆ ਹੈ ਸਿੱਧਾ ਗੁਰੂ ਚਰਨਾਂ 'ਚ ਗਿਆ ਹੈ, ਉਹਨੂੰ ਹੁਣ ਹੋਰ ਪੁੱਟ ਕੇ ਉੱਥੇ ਜੋੜਨ ਦੀ ਲੋੜ ਨਹੀਂ, ਕਿਉਂਕਿ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਚੱਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਮੇਰੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ, ਮੈਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਸਨੇਕ ਵਿਛੜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇੰਨੀ ਮੇਰੀ ਅੱਜ ਦੀ ਹਾਜ਼ਰੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ। ਗੁਰੂ ਦਾ ਜਪਿਆ ਹੋਇਆ ਨਾਮ ਜਿਹਨੇ ਦੁਨੀਆਂ ਦੇ ਵਿੱਚ ਗੁਰੂ ਦੀ ਆਗਿਆ ਸਾਰ ਚੱਲਿਆ, ਰੱਬ ਦੇ ਪਿਆਰੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਉਸ ਨਾਮ ਨੂੰ ਜਪ ਕੇ ਜਿਹਨੇ ਸਮਾਂ ਬਤੀਤ ਕੀਤਾ, ਜਿਹੜਾ ਗੁਰੂ ਵਾਲਾ ਬਣਿਆ ਹੈ,
ਕਹਿੰਦੇ ਉਹਦਾ ਹੀ ਦਰਗਾਹ ਵਿੱਚ ਕੁਰਬਾਨ ਹੈ ਵੀ ਮਾਇਆ ਦੇ ਸਿੱਖਾਂ ਨੇ ਅੱਜ ਤੱਕ ਕਿਸੇ ਦੀ ਬਾਂਹ ਨਹੀਂ ਫੜੀ ਨਾ ਕੋਈ ਮਾਇਆ ਦੇ ਯਤਨ ਨਾਲ ਕੋਈ ਅੱਜ ਤੱਕ ਬਚ ਸਕਿਆ ਹੈ ਜੇ ਕੋਈ ਆਕੇ ਕਿ ਮੈਂ ਮਾਇਆ ਦੇ ਯਤਨ ਦੇ ਨਾਲ ਬਚ ਜਾਵਾਂ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਇਹ ਸੁੱਖ ਮਾਇਆ ਦੇ ਜਿਹੜੇ ਨੇ ਦਿਨ ਚਾਰਦੇ ਨੇ ਜਦੋਂ ਕੋਈ ਬੁਰਾ ਸਮਾਂ ਆ ਗਿਆ ਨਾ ਤੇਰੀ ਬਾਂਹ ਨਹੀਂ ਫੜ ਹੁਣ ਆਪਣੇ ਮਾਇਆ ਕੰਮ ਆਈ ਆਪਾਂ ਵੀਰ ਸਰਦਾਰ ਸਿੰਘ ਨੂੰ ਮਾਇਆ ਦੇ ਕੇ ਬਚਾ ਸਕੇ ਕਿਉਂਕਿ ਮਾਲਕ ਨੇ ਤਾਂ ਇਸ ਬਾਣੀ ਰਾਹੀਂ ਸੱਚੀਆਂ ਸਾਨੂੰ ਸੁਣਾਈਆਂ ਨੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਸੱਚਾ ਮਾਰਗ ਦੱਸਿਆ ਕਿ ਭਾਈ ਐਵੇਂ ਕਿਤੇ ਵਹਿਮਾਂ ਭਰਮਾਂ ਭੁਲੇਖਿਆਂ ਚ ਨਾ ਰਹੀ ਇਸ ਮਾਇਆ ਨੇ ਤੇਰੀ ਕੁਛ ਜੁਗਤੀ ਨੇ ਜਾਇਦਾਦ ਨੇ ਕਿਸੇ ਭੈਣ ਭਾਈ ਨੂੰ ਉਸ ਵੇਲੇ ਤੈਨੂੰ ਬਚਾ ਨਹੀਂ ਸਕਣਾ ਜਦੋਂ ਮੌਤ ਦਾ ਫਰਿਸ਼ਤਾ ਤੇਰੇ ਸਿਰ ਉੱਤੇ ਆ ਗਿਆ ਉਦੋਂ ਤੈਨੂੰ ਕੋਈ ਬਚਾਉਣ ਵਾਲਾ ਦੁਨੀਆਂ ਵਿੱਚ ਜੰਮਿਆ ਨਹੀਂ ਤੇ ਮਾਇਆ ਦੇ ਜਿਹੜੇ ਸੁੱਖ ਵੀ ਚਾਰ ਦਿੰਦੇ ਨੇ ਸਦਾ ਨਾਲ ਸਤ ਰਹਿਣ ਵਾਲੇ ਨਹੀਂ ਹਨ ਅੱਜ ਹੋ ਸਮਝ ਕਾਸ਼ ਬਿਗੜਿਓ ਨਾਹਨ ਪਾਜਲੇ ਨਾਮ ਮੁਰਾਰ ਸਤਿਗੁਰੂ ਮਹਾਰਾਜ ਕਹਿੰਦੇ ਅਜੇ ਕੁਛ ਨਹੀਂ ਵਿਗੜਿਆ ਅਜੇ ਤੇਰਾ ਕੁਛ ਨਹੀਂ ਵਿਗੜਿਆ ਹਾਲੀ ਤੇਰੇ ਹੱਥ ਵਿੱਚ ਬੜਾ ਕੁਛ ਹੈ ਉਸ ਮਾਲਕ ਦਾ ਨਾਮ ਜਪ ਲੈ ਜੇ ਕਿਸੇ ਨੂੰ ਕਹੀਏ ਤਾਂ ਅਸੀਂ ਸਵਾਲ ਕਰਦੇ ਹਾਂ ਬੜੇ ਬੜੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਸਵਾਲ ਕਰਤਾ ਸੀ ਸਿੱਖਾਂ ਨੇ ਇੱਕ ਸਿੱਖ ਨੇ ਉੱਠ ਕੇ ਆਖਿਆ ਮਹਾਰਾਜ ਤੁਸੀਂ ਕਹਿੰਦੇ ਹੋ ਦੁੱਖ ਆਵੇ ਸੁੱਖ ਆਵੇ ਉਹਦੀ ਰਜਾ ਵਿੱਚ ਰਹਿਣਾ ਚਾਹੀਦਾ ਦੁੱਖ ਆਇਆ ਉਹਦਾ ਭਾਣਾ ਮੰਨਣਾ ਚਾਹੀਦਾ ਕੋਈ ਭਾਣਾ ਮੰਨਣ ਵਾਲਾ ਕੋਈ ਸਿੱਖ ਹੈਗਾ ਦੁਨੀਆਂ ਦੇ ਵਿੱਚ ਜੇ ਮਹਾਰਾਜ ਨੇ ਕਹਿੰਦਾ ਜਿਹੜੇ ਮੰਨਦੇ ਨੇ ਜਿਹਨਾਂ ਨੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਉਹ ਭਾਣੇ ਨੂੰ ਮੰਨਦੇ ਨੇ ਉਹ ਜੁੜੇ ਨੇ ਤੇ ਕਦੀ ਪਰ ਕਿਸੇ ਦਾ ਅੰਤ ਨਹੀਂ ਲਈਦਾ ਕਿ ਭਾਣੇ ਵਿੱਚ ਕੌਣ ਹੈ ਤੇ ਬਿਨਾਂ ਭਾਣੇ ਵਿੱਚ ਕੌਣ ਕਹਿ ਲੱਗਾ ਨਹੀਂ ਮਹਾਰਾਜ ਮੇਰੇ ਮਨ ਨੂੰ ਤ੍ਰਿਪਤ ਨਹੀਂ ਆਉਣੀ ਜਿੰਨਾ ਚਿਰ ਐਸੇ ਸਿੱਖ ਦੇ ਦਰਸ਼ਨ ਨਾ ਕੀਤੇ ਜਿਹੜਾ ਭਾਣੇ ਵਿੱਚ ਰਹਿੰਦਾ ਹੋਵੇ ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਵਾਲੇ ਬਣੇ ਨੇ ਗੁਰੂ ਘਰ ਨਾਲ ਜੁੜੇ ਨੇ ਬਾਣੀ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਇਸ ਗੱਲ ਦਾ ਬਿਆਨ ਹੈ ਇਸ ਗੱਲ ਦੀ ਉਹਨਾਂ ਨੂੰ ਸਮਝ ਆ ਕਿ ਭਾਣੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਕਿਸ ਤਰ੍ਹਾਂ ਗੁਰੂ ਦਾ ਭਾਣਾ ਮੰਨਣਾ ਹੈ ਬੜੇ ਬੜੇ ਐਸੇ ਰੱਬ ਦੇ ਪਿਆਰੇ ਸਿੱਖ ਨੇ ਜਿਹੜੇ ਭਾਣੇ ਵਿੱਚ ਮੰਨਦੇ ਨੇ ਗੁਰੂ ਦੇ ਬਚਨ ਕਮਾਉਂਦੇ ਨੇ ਕਹਿ ਲੱਗਾ ਨਹੀਂ ਮਹਾਰਾਜ ਮੈਂ ਦਰਸ਼ਨ ਕਰਨੇ ਐਸੇ ਸਿੱਖ ਦੇ ਮਹਾਰਾਜ ਕਹਿੰਦੇ ਫਿਰ ਤੈਨੂੰ ਅਸੀਂ ਡਰੈਸ ਦੇ ਦਿੰਦੇ ਹਾਂ ਗੁਜਰਾਤ ਦੇ ਅੰਦਰ ਚਲੇ ਜਾਓ ਤੇ ਸਾਡੇ ਪਿਆਰ ਵਾਲਾ ਇੱਕ ਸਿੱਖ ਰਹਿੰਦਾ ਹੈ ਭਾਈ ਭਾਰੀ ਜੀ ਉਹ ਹਰ ਵੇਲੇ ਗੁਰੂ ਦੇ ਹੁਕਮ ਦੇ ਭਾਣੇ ਵਿੱਚ ਰਹਿੰਦਾ ਕਹਿ ਲੱਗਾ ਮਹਾਰਾਜ ਪੱਕਾ ਸਤਿਗੁਰੂ ਕਹਿੰਦੇ ਹਾਂ ਭਾਈ ਡਰੈਸ ਲੈ ਲਿਆ ਨਾ ਤੇ ਪੁੱਛ ਲਿਆ ਮੰਜਲਾ ਮਾਰਦਾ ਸਿੱਖ ਉਸ ਟਿਕਾਣੇ ਤੇ ਇਸ ਨਗਰ ਵਿੱਚ ਪਹੁੰਚ ਗਿਆ ਜਿਸ ਨਗਰ ਵਿੱਚ ਭਾਈ ਭਖਾਰੀ ਜੀ ਰਹਿੰਦੇ ਸਨ ਪੁੱਛਿਆ ਕਿਹੜੇ ਘਰ ਹੈ ਉਹਨੂੰ ਦੱਸਿਆ ਕਿਸੇ ਨੇ ਉਸ ਘਰ ਪਹੁੰਚਦਾ ਹੈ ਉਸ ਘਰ ਵਿੱਚ ਜਾ ਕੇ ਕੀ ਵੇਖਦਾ ਹੈ ਉਹਦੇ ਘਰ ਦੇ ਵਿੱਚ ਭਾਈ ਭਖਾਰੀ ਜੀ ਦਾ ਇੱਕੋ ਪੁੱਤਰ ਸੀ ਉਹਦਾ ਵਿਆਹ ਕਰਿਆ ਹੋਇਆ ਸੀ ਉਸ ਦਿਨ ਸਗਨਾਂ ਦਾ ਦਿਨ ਸੀ ਜਿਸ ਦਿਨ ਉਹ ਸਿੰਘ ਜਾਂਦਾ ਹੈ ਮਹਾਰਾਜ ਨੇ ਪਹਿਲਾਂ ਕਿਹਾ ਸੀ ਕਿ ਐਸੇ ਸਿੱਖਾਂ ਦਾ ਅੰਤ ਨਹੀਂ ਲਈਦਾ ਨਾਰਾ ਪਿਆ ਪਿਆਰਿਆ ਭਾਣੇ ਨੂੰ ਮੰਨਣ ਵਾਲੇ ਹੈਗੇ ਕਹਿੰਦਾ ਮੇਰੇ ਮਨ ਨੂੰ ਸੱਲੀ ਨਹੀਂ ਆਉਂਦੀ ਜਿੰਨਾ ਚਿਰ ਮੈਂ ਵੇਖ ਨਹੀਂ ਲੈਂਦਾ ਕਿ ਭਾਣੇ ਵਿੱਚ ਰਹਿਣ ਵਾਲਾ ਸਿੱਖ ਹੈਗਾ ਤੇ ਪੁੱਛਿਆ ਸਾਰਿਆਂ ਨੇ ਆਓ ਭਾਤ ਕੀਤਾ ਕਹਿਣ ਲੱਗਾ ਮੈਂ ਗੁਰੂ ਘਰ ਆਇਆ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਸੋਂ ਆਇਆ ਉਹਨਾਂ ਭੇਜਿਆ ਇਹਦੀ ਘਰਵਾਲੀ ਜਿਹੜੀ ਸੀ ਨਾ ਬੜੀ ਸੁਹਾਣੀ ਸੀ ਬੀਬੀ ਉਹਨੂੰ ਪਤਾ ਸੀ ਅਸੀਂ ਸਾਰਾ ਪਰਿਵਾਰ ਗੁਰੂ ਘਰ ਜਾਂਦੇ ਉਹਨੇ ਪੈਰਾਂ 'ਤੇ ਨਮਸਕਾਰ ਕਰਕੇ ਕਿਹਾ ਧੰਨ ਭਾਗ ਅਸੀਂ ਆਪਣੇ ਬੱਚੇ ਦਾ ਵਿਆਹ ਆਨੰਦ ਕਾਰਜ ਰਚਾਇਆ ਸੀ ਅਤੇ ਕਿਰਪਾ ਕੀਤੀ ਹੈ ਮਾਲਕ ਨੇ ਆਪ ਸਿੱਖ ਭੇਜ ਕੇ ਅਤੇ ਸਾਡੇ ਘਰ ਸਮਝੋ ਆਪ ਹੀ ਆ ਗਏ ਕਿਉਂਕਿ ਜਿਹੜੇ ਸਿਆਣੇ ਪੁਰਖ ਨੇ ਅੱਜ ਵੀ ਜੇ ਕੋਈ ਯਾਤਰਾ ਕਰਕੇ ਆਉਂਦਾ ਹੈ ਤਾਂ ਉਹਦਾ ਸਤਿਕਾਰ ਕਰਦੇ ਕਹਿੰਦੇ ਭਾਈ ਤੂੰ ਹਜ਼ੂਰ ਸਾਹਿਬ ਦੀ ਧਰਤੀ ਤੋਂ ਆਇਆ ਤੂੰ ਦਰਬਾਰ ਸਾਹਿਬ ਉਹ ਤੂੰ ਦਰਸ਼ਨ ਕਰਕੇ ਆਇਆ ਹੈ ਤੂੰ ਗੁਰੂ ਘਰ ਆਇਆ ਤੇਰੇ ਦਰਸ਼ਨ ਕਰਕੇ ਅਸੀਂ ਇੱਥੋਂ ਹੀ ਦਰਸ਼ਨ ਕਰ ਲੈਂਦੇ ਕਿਉਂਕਿ ਤੂੰ ਗੁਰੂ ਦੀ ਪਵਿੱਤਰ ਨਗਰੀ ਵਿੱਚੋਂ ਹਾਜ਼ਰੀ ਲਵਾ ਕੇ ਆਏ ਜਿਸ ਵੇਲੇ ਇਹ ਬਚਨ ਕਰ ਰਿਹਾ ਸੀ ਗੁਰੂ ਦਾ ਪਿਆਰਾ ਕਹਿ ਰਿਹਾ ਕਿ ਮੈਂ ਗੁਰੂ ਘਰੋਂ ਆਇਆ ਬੜਾ ਸਤਿਕਾਰ ਕੀਤਾ ਪਰਿਵਾਰ ਨੇ ਬਿਠਾ ਕੇ ਜਲ ਪਾਣੀ ਛਕਿਆ ਤਾਵਲਾ ਹੋ ਹੀ ਜਾਂਦਾ ਹੈ ਘਰ ਦਾ ਮੌਲ ਵੇਖਦਾ ਹੈ ਲਵਾਈ ਲੱਗੇ ਹੋਏ ਨੇ ਬੱਚੇ ਖੇਡ ਰਹੇ ਨੇ ਬੜੀ ਰੌਣਕ ਬੜੀ ਹਾਲ ਚਾਲ ਬਣੀ ਹੋਈ ਹੈ ਬਹੁਤ ਪਰਿਵਾਰ ਜਿਹੜੇ ਰਿਸ਼ਤੇਦਾਰ ਭੈਣ ਭਾਈ ਜੁੜੇ ਹੋਏ ਨੇ ਸ਼ਾਮ ਦਾ ਸਮਾਂ ਹੈ ਕਹਿਣ ਲੱਗਾ ਮੈਂ ਭਾਈ ਸਾਹਿਬ ਨੂੰ ਮਿਲਣਾ ਉਹਦੀ ਘਰਵਾਲੀ ਕਹਿੰਦੀ ਕੋਈ ਗੱਲ ਨਹੀਂ ਤੁਹਾਨੂੰ ਮਿਲਾਉਣੇ ਆ ਘਰੇ ਹੀ ਆ ਕੋਈ ਕਾਰਜ ਕਰ ਰਹੇ ਹਾਂ ਤੁਸੀਂ ਜਲ ਪਾਣੀ ਛਕੋ ਬੈਠੋ ਗੁਰੂ ਘਰੋਂ ਆਏ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰੋਂ ਆਏ ਉਹਨਾਂ ਦਾ ਰੂਪ ਬਣ ਕੇ ਆਏ ਹੋ ਅਸੀਂ ਤੁਹਾਡੀ ਸੇਵਾ ਪਾਣੀ ਕਰਦੇ ਹਾਂ ਬਿਠਾਏ ਹਾਂ
ਉਹ ਰਾਤ ਦਾ ਸਮਾਂ ਆਉਂਦਾ ਜਾ ਰਿਹਾ, ਭੈਣਾਂ ਇੱਕ ਪਾਸੇ ਬਹਿ ਕੇ ਸੁਹਾਗ ਦੇ ਗੀਤ ਗਾਉਣ ਲੱਗ ਪਈਆਂ। ਬੱਚੇ ਦਾ ਵਿਆਹ ਸੀ, ਜੁੜਿਆ ਹੋਇਆ ਹੈ ਬਹੁਤ ਸਾਰਾ ਪਰਿਵਾਰ। ਕਹਿਣ ਲੱਗੇ ਆਓ ਤੇ ਇਹਨੂੰ ਭਾਈ ਸਾਹਿਬ ਨੂੰ ਬੁਲਾਉਂਦੇ ਹਾਂ। ਇਸ ਵੇਲੇ ਭਾਈ ਭਖਾਰੀ ਜੀ ਕੋਲ ਲੈ ਕੇ ਗਏ ਨੇ, ਉਹ ਇੱਕ ਅੰਦਰ ਬੈਠੇ ਹੋਏ ਨੇ ਤੇ ਪੁਰਾਣੀਆਂ ਪਾਟੀਆਂ ਪੱਲੀਆਂ ਦਰੀਆਂ ਨੂੰ ਨਾ ਗਾਂਢੇ ਲਾ ਲਾ ਕੇ ਸੀ ਸੀ ਕੇ ਰੱਖ ਰਹੇ ਨੇ। ਇੱਕ ਪਾਸੇ ਉਹ ਸਮੱਗਰੀ ਰੱਖੀ ਹੈ ਜਿਹੜੀ ਆਪਾਂ ਅੰਤਮ ਸੰਸਕਾਰ ਜਦੋਂ ਬੰਦੇ ਦਾ ਕਰਦੇ ਨਾ ਉਸ ਵੇਲੇ ਉਹ ਸੰਸਕਾਰ ਵਾਸਤੇ ਜਿੰਨਾ ਸਮਾਨ ਚਾਹੀਦਾ ਉਹ ਸਮਾਨ ਰੱਖਿਆ ਹੋਇਆ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਹਿੰਦੇ ਨੇ ਇਹਦੇ ਬੇਟੇ ਦਾ ਵਿਆਹ ਹੈ, ਸਾਰੇ ਨਵੇਂ ਕੱਪੜੇ ਪਾਏ ਨੇ, ਹਲਵਾਈ ਲੱਗੇ ਨੇ, ਭੈਣਾਂ ਖੁਸ਼ੀਆਂ ਦੇ ਗੀਤ ਗਾ ਰਹੀਆਂ ਨੇ, ਬੱਚੇ ਅਸਰ ਖੇਡਣ ਡਏ ਨੇ, ਇਹ ਪਾਟੀਆਂ ਪੱਲੀਆਂ ਦਰੀਆਂ ਸੀਨ ਲਿਆ। ਇੱਕ ਪਾਸੇ ਉਹ ਸਮੱਗਰੀ ਰੱਖੀ ਹੈ ਜਿਹੜੀ ਬੰਦੇ ਦੇ ਸੰਸਕਾਰ ਵੇਲੇ ਲੋੜ ਪੈਂਦੀ ਹੈ। ਰਿਹਾ ਨਾ ਗਿਆ, ਸਵਾਲ ਕਰ ਦਿੱਤਾ, ਕਹਿਣ ਲੱਗਾ ਭਾਈ ਸਾਹਿਬ ਤੁਹਾਡੇ ਬੱਚੇ ਦਾ ਵਿਆਹ ਹੈ, ਤੁਸੀਂ ਚੰਗੇ ਸੋਹਣੇ ਵਿਛਾਉਣੇ ਤਿਆਰ ਕਰੋ, ਇਹ ਕੀ ਪਾਟੀ ਪੱਲੀਆਂ ਦਰੀਆਂ ਨੂੰ ਕੰਕੇ ਲਾਉਂਦੇ ਜੋ ਇੱਕ ਪਾਸੇ ਉਹ ਸਮਾਨ ਰੱਖਿਆ ਹੈ ਜਿਹੜਾ ਆਪਾਂ ਨੂੰ ਅੰਤਮ ਸੰਸਕਾਰ ਜਦੋਂ ਬੰਦੇ ਦਾ ਕਰਦੇ ਉਸ ਵੇਲੇ ਲੋੜ ਹੁੰਦੀ ਹੈ। ਜਦੋਂ ਇਹ ਗੱਲ ਕਹਿ ਰਿਹਾ ਤੇ ਭਾਈ ਸਾਹਿਬ ਕਹਿੰਦੇ ਭਾਈ ਤੂੰ ਬੈਠ ਆਨੰਦ ਦੇ ਨਾਲ, ਤੂੰ ਗੁਰੂ ਘਰੋਂ ਆਇਆ ਥੱਕਿਆ ਹੋਵੇਗਾ, ਸਵੇਰ ਵੇਲੇ ਤੈਨੂੰ ਪਤਾ ਲੱਗ ਜਾਵੇਗਾ ਕਿ ਸਮਾਨ ਇਹ ਕਿਉਂ ਰੱਖਿਆ ਹੈ, ਪਾਟੀਆਂ ਪੱਲੀਆਂ ਦਰੀਆਂ ਕਿਉਂ ਸੀਤੀਆਂ ਜਾ ਰਹੀਆਂ। ਕਹਿਣ ਲੱਗਾ ਫਿਰ ਵੀ ਕਹਿਣ ਲੱਗਾ ਭਾਈ ਭਖਾਰੂ ਕਹਿ ਵੀ ਤੂੰ ਆਰਾਮ ਕਰ, ਚਿੰਤਾ ਨਾ ਕਰ, ਇਹ ਸਵੇਰ ਵੇਲੇ ਕੰਮ ਆ ਜਾਣੀਆਂ ਨੇ। ਬੜਾ ਹੈਰਾਨ ਹੋਇਆ ਕਿ ਘਰ ਵਿੱਚ ਵਿਆਹ ਹੈ, ਅੱਜ ਕਹਿੰਦੇ ਬੱਚੇ ਦਾ ਸਗਨ ਹੈ, ਸਵੇਰੇ ਬਰਾਤ ਚੜ੍ਹਨੀ, ਇਹ ਕਹਿੰਦਾ ਇਹ ਸਵੇਰ ਵੇਲੇ ਕੰਮ ਆਉਣੇ ਆ, ਕੋਈ ਸਮਝ ਨਹੀਂ ਆਉਂਦੀ। ਹੁਣ ਉਹਨੇ ਗੁਰੂ ਸਾਹਿਬ ਜੀ ਨੂੰ ਕਿਹਾ ਸੀ ਕਿ ਕੋਈ ਭਾਣਾ ਮੰਨਣ ਵਾਲਾ ਸਿੱਖ ਵੀ ਹੈਗਾ, ਭਾਣਾ ਬਚਨ ਕਹਿ ਦੇਣਾ ਬੜਾ ਸੌਖਾ ਹੈ, ਮੰਨਣਾ ਵਾਕਿਆ ਹੀ ਬੜਾ ਔਖਾ ਹੈ, ਪਰ ਮੰਨਣਾ ਪੈਂਦਾ ਹੈ। ਸਾਡਾ ਉੱਥੇ ਕੋਈ ਜ਼ੋਰ ਨਹੀਂ ਗਾ ਚੱਲਦਾ, ਕਿਉਂਕਿ ਉਹ ਸਤਿਗੁਰੂ ਦੀ ਇੱਕ ਇਹੋ ਜਿਹੀ ਲੀਲਾ ਰਚਾਈ ਹੋਈ ਹੈ। ਰਾਤੀ ਬੇਨਤੀ ਕੀਤੀ ਸੀ, ਗੁਰੂ ਨਾਨਕ ਮਹਾਰਾਜ ਨੇ ਕਿਹਾ ਸੀ ਹਰਿਦੁਆਰ ਪੰਡਤਾਂ ਨੂੰ ਕਿ ਮੈਂ ਤੁਹਾਨੂੰ 5 ਰੁਪਈਏ ਦੇਵਾਂਗਾ, ਪੱਤਰੀ ਉਹ ਖੋਲੋ ਜਿਹਦੇ ਵਿੱਚ ਇਹ ਦੱਸਿਆ ਜਾਵੇ ਕਿ ਮੇਰੀ ਮੌਤ ਕਦੋਂ। ਕਹਿੰਦੇ ਮੌਤ ਦਾ ਮਹੂਰਤ ਨਹੀਂ ਹੈਗਾ, ਤੇ ਮਹਾਰਾਜ ਕਹਿੰਦੇ ਜੇ ਮੌਤ ਦਾ ਮਹੂਰਤ ਨਹੀਂ ਫਿਰ ਦੂਜੇ ਵੀ ਦੁਨੀਆਂ ਦੇ ਸਾਰੇ ਮਹੂਰਤ ਝੂਠੇ ਨੇ। ਜੀਵਨ ਆਪਣਾ ਜਿਹੜਾ ਬਤੀਤ ਕਰ ਲਓ, ਸੋ ਸਤਿਗੁਰੂ ਮਹਾਰਾਜ ਨਾਮੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਚਨ ਰਾਹੀਂ ਸਾਨੂੰ ਇਹ ਵੀ ਪ੍ਰੇਰਿਆ ਕਿ ਭਾਈ ਇਹ ਜ਼ਿੰਦਗੀ ਦਾ ਇੱਕ ਮਿੰਟ ਦਾ ਭਰੋਸਾ ਨਹੀਂ ਅੰਨਦਾ, ਉਹਨੂੰ ਪਤਾ ਸਾਡੀ ਉਮਰ ਕਿੰਨੀ ਹੈ, ਕਿੰਨੇ ਸਵਾਸ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸਭ ਤੋਂ ਬਿਹਤਰ ਅਤੇ ਚੰਗਾ ਇਹ ਤੇਰਾ ਦੁਨੀਆਂ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਸੰਗਤ ਕਰ, ਇਸ ਡੰਡੀਆਂ ਪਖੰਡੀਆਂ ਦੇ ਤੋਂ ਬਚ ਕੇ ਪੂਰੇ ਦਿਲ ਨਾਲ ਜੁੜ ਕੇ ਅੰਮ੍ਰਿਤਧਾਰੀ ਹੋ, ਆਪ ਕੇਸਾਧਾਰੀ ਹੋ, ਆਪਣੇ ਬੱਚਿਆਂ ਨੂੰ ਬਣਾ। ਸਭ ਝੂਠ ਹੈ
ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਲਹਿਰਾ ਲਹੂ ਸਰਬ ਕਲਾ ਭਰਪੂਰ ਚਵਰ ਸ਼ਤਰ ਤਖਤ ਦੇ ਮਾਲਕ ਦੀਨਾ ਨਾਥ ਪੰਡਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏ ਮਾਨ ਗੁਰੂ ਸਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਸਾਰੇ ਸਾਡੇ ਵੀ ਸੁਖਰਾਜ ਸਿੰਘ ਜੋ ਘਰ ਜਵਾਨੀ ਵਿੱਚ ਮਾਲਕ ਦੇ ਹੁਕਮ ਅਨੁਸਾਰ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਉਹ ਕਿੰਨਾ ਦਿਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸੰਗਤ ਦੇ ਰੂਪ ਵਿੱਚ ਅਰਦਾਸ ਕਰਨ ਵਾਸਤੇ ਸਾਰੇ ਇਕੱਤਰ ਹੋਏ ਅਰਦਾਸ ਦੀ ਗੁਰਬਾਣੀ ਅੰਦਰ ਜਿਹੜੀ ਮਹੱਤਤਾ ਹੈ ਉਹ ਬਿਆਨ ਕੀਤੀ ਹੈ ਗੁਰਮਤਿ ਵਿੱਚ ਅਰਦਾਸ ਦੀ ਮਹਾਨਤਾ ਬਹੁਤ ਉੱਤਮ ਹੈ ਅਸੀਂ ਜੋ ਵੀ ਕੁਝ ਮੰਗਦੇ ਹਾਂ ਅਰਦਾਸ ਕਰਕੇ ਮੰਗਦੇ ਹਾਂ ਔਰ ਅਰਦਾਸ ਦੇ ਨਾਲ ਦੇ ਕਾਰਜ ਕੋਈ ਵੀ ਸੰਪੂਰਨ ਹੁੰਦਾ ਹਰ ਕਾਰਜ ਵਾਸਤੇ ਅਰਦਾਸ ਹੈ ਹਰ ਕਾਰਜ ਨੂੰ ਸਫਲਾ ਬਣਾਉਣ ਵਾਸਤੇ ਅਰਦਾਸ ਇੱਥੇ ਅਰਦਾਸ ਦੇ ਰੂਪ ਵਿੱਚ ਸਤਿਗੁਰੂ ਜੀ ਅਰਦਾਸ ਦੀ ਜੁਗਤ ਦੱਸਦੇ ਨੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੈਂ ਮੂਲ ਜੀ ਵਿਚਾਰ ਕੇਵਲ ਸ਼ਬਦ ਦੀ ਮੂਲ ਵਿਚਾਰ ਰੱਖ ਕੇ ਗੁਰਬਾਣੀ ਦੇ ਕੀਰਤਨ ਨਾਲ ਸਾਂਝ ਪਾਉਣੀ ਹੈ ਕਿਉਂਕਿ ਵਿਚਾਰ ਕਥਾ ਕੀਰਤਨ ਸੁਖਦਾਈ ਦੇ ਮਾਂ ਵਾਕਾਂ ਅਨੁਸਾਰ ਕਥਾ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਜੋ ਰਵਾਣ ਜੀ ਉਹ ਵਾਲੀ ਜਿਹੜੀ ਅਵਸਥਾ ਹੈ ਜੋ ਹੁਕਮ ਹੈ ਉਸ ਨੂੰ ਵੀ ਨਿਭਾਉਣਾ ਹੈ ਮੂਲ ਵਿਚਾਰ ਸ਼ਬਦ ਦੀ ਧਿਆਨ ਦੇਣਾ ਸਤਿਗੁਰੂ ਜੀ ਪੰਚਮ ਪਾਤਸ਼ਾਹ ਪਾਵਨ ਬਾਣੀ ਸੁਖਮਣੀ ਸਾਹਿਬ ਦੀ ਇਸ ਚੌਥੀ ਅਸ਼ਟਪਦੀ ਦੇ ਸੱਤਵੇਂ ਬੰਦ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਅਰਦਾਸ ਉਸ ਮਾਲਕ ਵਾਲੀ ਅਰਦਾਸ ਕਰ ਰਹੇ ਨੇ ਔਰ ਕਰਨ ਦੀ ਸਾਨੂੰ ਯੁਗਤ ਦੱਸ ਰਹੇ ਨੇ ਕਿ ਕਿਵੇਂ ਅਰਦਾਸ ਕਰਨੀ ਹੈ ਸਤਿਗੁਰੂ ਜੀ ਸਾਡੇ ਵੱਲੋਂ ਵੀ ਅਰਦਾਸ ਕਰਦੇ ਨੇ ਅਸੀਂ ਵੀ ਆਪਣੇ ਵੱਲੋਂ ਖੁਦ ਆਪਣਾ ਕਾਰਜ ਆਪਣਾ ਹੱਥੀ ਆਪਣਾ ਆਪੇ ਕਾਰਜ ਸਵਾਰੀ ਇਸ ਹੁਕਮ ਨੂੰ ਸਮਝਦਿਆਂ ਹੋਇਆਂ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਮੇਰੀ ਕੈਸੀ ਅਵਸਥਾ ਹੋ ਗਈ ਜੀਵ ਦੀ ਅਵਸਥਾ ਬਿਆਨ ਕੀਤੀ ਹੈ ਸੰਗ ਸਹਾਈ ਸੁਆਵੇ ਨਾ ਗੀਤ ਜਿਹੜਾ ਤਾਂ ਇਹਦਾ ਅਸਲੀ ਸੰਗੀ ਹੈ ਸਾਥੀ ਹੈ ਨਿਭਣ ਵਾਲਾ ਹੈ ਉਹ ਇਹਦੇ ਚੇਤੇ ਵਿੱਚ ਨਹੀਂ ਉਹ ਚੇਤੇ ਵਿੱਚ ਨਹੀਂ ਜੋ ਬੈਰਾਈ ਤਾਂ ਸੁਖੀ ਤੇ ਜਿਹੜਾ ਬੈਰਾਈ ਹੈ ਵੈਰੀ ਹੈ ਪਰ ਇਤਨੀ ਵੀ ਵੈਰੀ ਨਹੀਂ ਉਦੋਂ ਵੈਰੀ ਹੈ ਜਦੋਂ ਇਹ ਪਰਮੇਸ਼ਰ ਨਾਲੋਂ ਤੋੜ ਗਈ ਹੈ ਮਾਇਆ ਕੁਛ ਵੀ ਹੋ ਸਕਦਾ ਹੈ ਇਕੱਲੀ ਗਹਿਣਿਆਂ ਨੂੰ ਜਾਂ ਹੋਰ ਜਿਹੜੀ ਮਾਇਆ ਅਸੀਂ ਵਰਤਦੇ ਹਾਂ ਉਹਨਾਂ ਨੂੰ ਮਾਇਆ ਨਹੀਂ ਕਿਹਾ ਗਿਆ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ ਇਹ ਮਾਇਆ ਜਿੱਤ ਹਰ ਵਿਸਰ ਹੈ ਉਹ ਚਾਹੇ ਕੁਝ ਵੀ ਹੋ ਸਕਦਾ ਚਾਹੇ ਉਹ ਭੈਣ ਭਰਾ ਸਾਥ ਬੰਦੀ ਕੁਝ ਵੀ ਹੋ ਸਕਦਾ ਜਿਹੜਾ ਪਰਮੇਸ਼ਰ ਦੇ ਨਾਲੋਂ ਤੋੜਦਾ ਹੈ ਇਹ ਮਾਇਆ ਜਿੱਤ ਹਰ ਵਿਸਰ ਹੈ ਮੋਹ ਉਪਜੈ ਭਾਵੋ ਦੂਜਾ ਲਾਇਆ ਇਸ ਵਿਚਾਰ ਤੱਥ ਨੂੰ ਸਮਝਣਾ ਹੈ ਤੇ ਇੱਥੇ ਆਣ ਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਇਹ ਭਾਈ ਇਸ ਦੀ ਅਵਸਥਾ ਜੀਵ ਦੀ ਕੈਸੀ ਅਵਸਥਾ ਹੋ ਗਈ ਸੰਗ ਸਹਾਈ ਸੋ ਆਵੇ ਨਾ ਕੀ ਉਹ ਚੇਤੇ ਵਿੱਚ ਨਹੀਂ ਤੇ ਜੋ ਵੈਰਾਈ ਹੈ ਤਾਂ ਸੋ ਪ੍ਰੀਤ ਉਹਦੇ ਨਾਲ ਕੇ ਪ੍ਰੀਤ ਪਾ ਕੇ ਬਹਿ ਗਏ ਬਲੂਆ ਕੇ ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਹੰਕਾਰ ਦੇ ਵਿੱਚ ਜਿਵੇਂ ਹਵਾ ਭਰੀ ਹੁੰਦੀ ਹੈ ਦੁਬਾਰੇ ਵਿੱਚ ਉਡਾਰੀਆਂ ਮਾਰਮਾਨ ਹੈ ਧਾਰਨ ਕਰ ਲੈਂਦਾ ਹੈ ਕਿ ਇਹ ਸੰਸਾਰ ਸੁਪਨਾ ਹੀ ਸੱਚ ਹੈ ਅਸਲੀ ਜਿਹੜਾ ਮੌਤ ਹੈ
ਜਿੰਦ ਵਾਢੀ ਮਰਨ ਵਾਲਾ ਜੈਸੀ ਪ੍ਰਣਾ ਜਿਵੇਂ ਭਾਈ ਸਾਹਿਬ ਪਹਿਲਾਂ ਵਿਚਾਰਾਂ ਕਰਕੇ ਗਏ ਉਹ ਚੇਤੇ ਵਿੱਚ ਨਹੀਂ ਭੁੱਲ ਗਿਆ ਦ੍ਰਿੜ ਕਰ ਮਨ ਹੈ ਮਨ ਹੈ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਤੇ ਇਸ ਮਨ ਦੇ ਮਨ ਨੂੰ ਮੂਰਖ ਆਖਿਆ ਗਿਆ ਮੂੜੀ ਸੋਚ ਮੂਰਖ ਬਿਰਤੀ ਮੂਰਖ ਸੋਚ ਬਣ ਗਈ ਕਿਉਂ ਕਿ ਪਰਮੇਸ਼ਰ ਦੀ ਯਾਦ ਭੁੱਲ ਗਈ ਕਾਲ ਨਾ ਆਵੇ ਮੂੜੇ ਚੀਤ ਤੇ ਹੁਣ ਕਾਲ ਵੀ ਚੇਤੇ ਨੇ ਵੀ ਕਾਲ ਨੇ ਵੀ ਆਉਣ ਦੂਰ ਗਵਨ ਸਿਰ ਉੱਪਰ ਮਰਨਾ ਜਾਣਾ ਬਹੁਤ ਦੂਰ ਹੈ ਪਤਾ ਹੀ ਨਹੀਂ ਕਿੱਥੇ ਜਾਣਾ ਪਰ ਮਰਨਾ ਸਿਰ ਦੇ ਉੱਪਰ ਖੜਾ ਹੈ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਬਹਾ ਲੋਭ ਕ੍ਰੋਧ ਇਹ ਸਾਰੇ ਜਿਹੜੇ ਮੁੱਖ ਵਿਸ਼ੇ ਨੇ ਇਹ ਗਣਾ ਦਿੱਤੇ ਕਹਿੰਦੇ ਨੇ ਇਹਨਾਂ ਵਿਸ਼ਿਆਂ ਵਿੱਚ ਵਿਚਰਦਿਆਂ ਇਹੋ ਜੁਗਤ ਬਿਹਾਨਾ ਕਈ ਜਨਮ ਕਈ ਜਨਮ ਕਈ ਜਨਮ ਭ੍ਰਮ ਤੇ ਦੁਲਭ ਜਨਮ ਅਬ ਪਾਇਓ ਇਹ ਭਲਿਆ ਮਨੁੱਖਾ ਜਿਹੀ ਹੁਣ ਤੈਨੂੰ ਮਿਲੀ ਹੈ ਬੜੇ ਜਨਮਾਂ ਤੋਂ ਬਾਅਦ 83 ਲੱਖ ਜੂਨਾਂ ਭੁਗਤਣ ਤੋਂ ਬਾਅਦ ਕਿਸੇ ਜੀਵ ਵਿੱਚ ਕੋਈ ਵਿਕਾਰ ਹੈ ਕਿਸੇ ਵਿੱਚ ਕੋਈ ਵਿਕਾਰ ਹੈ ਕਿਸੇ ਵਿੱਚ ਕੋਈ ਵਿਕਾਰ ਹੈ ਇਹ ਸਾਰੇ ਜਿਹੜੇ ਜਾਨਵਰਾਂ ਦੇ ਵੱਖੋ ਵੱਖਰੇ ਵਿਕਾਰ ਨਾ ਉਹ ਸਾਰੇ ਇਕੱਠੇ ਕਰਕੇ ਮਨੁੱਖ ਦੇ ਅੰਦਰ ਪਰ ਇਹਨੇ ਕੰਟਰੋਲ ਕਰਨਾ ਹੈ ਮਾਲਕ ਨੇ ਬੁੱਧੀ ਦਿੱਤੀ ਹੈ ਅਵਸਥਾ ਦਿੱਤੀ ਹੈ ਸਮਝਣ ਦੀ ਬੂਝਣ ਦੀ ਸੋਚ ਦਿੱਤੀ ਹੈ ਉਹ ਕਿੱਥੋਂ ਮਿਲਦੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਪ੍ਰਕਾਸ਼ ਵਿੱਚੋਂ ਪਹਿਲਾ ਸ਼ਬਦ ਆਪਣੇ ਸਰਵਣ ਕੀਤਾ ਹੈ ਨਾ ਹਰ ਬਿਨ ਕੌਣ ਸਹਾਈ ਮਿਲੇ ਕੌਣ ਹੈ ਸਹਾਈ ਮਿਲਦਾ ਕੌਣ ਹੈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸੁਖਦਾਈ ਹੈ ਜਾਂ ਕੋ ਸਿਮਰ ਅਜਾਮਲ ਉਤਰਿਓ ਗਨਕਾ ਹੋ ਗਤ ਪਾਈ ਇਹ ਸਾਰੇ ਇਹ ਜਿਨ੍ਹਾਂ ਦੇ ਨਾਮ ਗਿਣਾਏ ਗਨਕਾ ਦਾ ਨਾਮ ਗਿਣਾ ਦਿੱਤਾ ਅਜਾਮਲ ਪਾਪੀ ਦਾ ਨਾਮ ਗਿਣਿਆ ਗਿਆ ਫਿਰ ਪੰਚਾਲੀ ਦਾ ਨਾਮ ਗਿਣਿਆ ਗਿਆ ਇਹ ਸਾਰਿਆਂ ਨੇ ਗਾਦੀ ਪ੍ਰਾਪਤ ਕਰਨ ਲਈ ਭਾਵੇਂ ਕਿ ਇਹ ਬਹੁਤ ਜ਼ਿਆਦਾ ਵਿਸ਼ਿਆਂ ਦੇ ਵਿਚਰਤ ਇਹ ਗਲਤਾਨ ਹੋ ਚੁੱਕੇ ਸੀ ਪਰ ਫਿਰ ਵੀ ਨਾਮ ਦੀ ਐਸੀ ਸ਼ਕਤੀ ਹੈ ਜਿਹਨੇ ਇਹਨਾਂ ਦੇ ਸਾਰੇ ਜਿਹੜੇ ਪਾਪ ਕਮਾਲੇ ਸੀ ਉਹਨਾਂ ਨੂੰ ਸਾੜ ਕੇ ਸੁਭਾਹ ਕਰ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਪਾਵਨ ਬਾਣੀ ਵਿੱਚ ਆਉਂਦਾ ਹੈ ਉਹਦੀ ਵਿਚਾਰ ਰੱਖਾਂ ਹਜ਼ੂਰ ਫਰਮਾਨ ਕਰਦੇ ਨੇ ਘੋਰ ਦੁੱਖਿਆਂ ਅਨੰਤ ਹੱਤਿਆਂ ਜਨਮ ਤ੍ਰਿਤ੍ਰੰ ਮਹਾ ਵਿਖਾਦਿਆਂ ਸਾਡੇ ਜੀਵਨ ਵਿੱਚ ਵਿਚਰਦੀਆਂ ਇਹ ਚੀਜ਼ਾਂ ਧਿਆਨ ਦੇਣਾ ਘੋਰ ਦੁੱਖ ਅਨੇਕਾਂ ਦੁੱਖ ਅਨੇਕਾਂ ਹੱਤਿਆਵਾਂ ਜਨਮਾਂ ਜਨਮਾਂ ਦੀ ਗਰੀਬੀ ਮਹਾ ਵਿਖਾਦਿਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਇਹ ਸਾਰਾ ਕੁਝ ਅਸੀਂ ਚਾਹੁੰਦੇ ਹਾਂ ਮਿਟ ਜਾਣ ਤੇ ਕਿਵੇਂ ਮਿਟੰਟ ਸਗਲ ਸਿਮਰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਤ ਭਸਮੰ ਕਰੋਰ ਇੱਕ ਜਿਵੇਂ ਅੱਗ ਦੇ ਵਿੱਚ ਸਭ ਕੁਝ ਪਾ ਦਈਏ ਨਾ ਚਾਹੇ ਚੰਦਨ ਦੀ ਲੱਕੜ ਪਾ ਦਿਓ ਚਾਹੇ ਕਿਸੇ ਦੀ ਪਾ ਦਿਓ ਸਭ ਕੁਝ ਸਾੜ ਕੇ ਸਵਾਹ ਕਰ ਦਿੰਦੀ ਹੈ ਇਸੇ ਤਰ੍ਹਾਂ ਇਹਦੇ ਵਿੱਚ ਸਭ ਕੁਝ ਪਾ ਦਿਓ ਨਾਮ ਅੰਗਣ ਵਿੱਚ ਸਾਰਾ ਕੁਝ ਸਾਰੇ ਪਾਪ ਵੱਡੀਆਂ ਵੱਡੀਆਂ ਮੁਸ਼ਕਲਾਂ ਸਭ ਕੁਝ ਖਤਮ ਸਤਿਗੁਰੂ ਜੀ ਫਰਮਾਨ ਕਰਦੇ ਨੇ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਇਹੋ ਜੁਗਤ ਬਿਹਾਨਾ ਹੈ ਕਈ ਜਨਮ ਨਾਨਕ ਰਾਖ ਲਿਓ ਆਪਣੇ ਘਰ ਕਰਮ ਆਪਣਾ ਕਰਮ ਕਰਕੇ ਆਪਣੀ ਕਿਰਪਾ ਕਰਕੇ ਹੁਣ ਮੈਨੂੰ ਰੱਖ ਲਓ ਮੇਰਾ ਆਉਣਾ ਜਾਣਾ ਸੰਸਾਰ ਤੋਂ ਖਤਮ ਹੋ ਜਾਵੇ ਕਿਉਂਕਿ ਕਿਉਂ ਬਹੁਤ ਹਮ ਕਾਹੇ ਆਵਾਂਗੇ ਘੜੀ ਘੜੀ ਦਾ ਲੇਖਾ ਮੰਗ ਇਸਲਈ ਘੜੀ ਘੜੀ ਦਾ ਲੇਖਾ ਮੰਗਣਾ ਪੈਂਦਾ ਹੈ ਤੇ ਜਿਹਦੀ ਗੱਲ ਪਰਮੇਸ਼ਰ ਦੇ ਦਰ ਤੇ ਸਿੱਧੀ ਪਹੁੰਚ ਜਾਵੇ ਤੇ ਫਿਰ ਕਹਿੰਦੇ ਨੇ ਧਰਮ ਦਾਏ ਧਰਮ ਰਾਏ ਦਰ ਕਾਗਜ਼ ਖਾਰੇ ਜਨ ਨਾਨਕ ਲੇਖਾ ਸਮਝਾ ਜਦੋਂ ਗੁਰੂ ਨਾਨਕ ਦੇ ਦਰ ਤੇ ਲੇਖਾ ਆ ਜਾਵੇ ਤੇ ਫਿਰ ਧਰਮ ਰਾਏ ਹਾਰ ਦਾ ਕੀ ਆ ਤੇ ਧਰਮ ਰਾਜ ਦੀ ਗੱਲ ਨਹੀਂ ਆਉਂਦੀ ਜੇ ਧਰਮ ਰਾਜ ਦੀ ਗੱਲ ਪਹੁੰਚ ਗਈ ਤੇ ਫਿਰ ਤੇ ਲੇਖਾ ਪੈਣਾ ਹੀ ਪੈਣਾ ਇਸ ਕਰਕੇ ਬੇਨਤੀ ਕਰ ਲਈਏ ਨਾਨਕ ਰਾਖ ਲਿਓ ਆਪਣਾ ਘਰ ਕਰਮ ਆਪਣਾ ਕਰਮ ਕਰਕੇ ਆਪਣੀ ਕਿਰਪਾ ਕਰਕੇ ਮੈਨੂੰ ਇਸ ਭਵ ਸਾਗਰ ਤੋਂ ਰੱਖ ਲਓ ਸਤਿਗੁਰੂ ਜੀ ਕੀ ਫਰਮਾਨ ਕਰਦੇ Oh,
नहीं
ਮਲਕਲ ਮੌਤ ਜਾਇਆ ਸੀ ਸਭ ਦਰਵਾਜੇ ਸਾਥੀ ਉੱਠ ਚੱਲੇ ਆ
ਸੱਜਣ
सदा सिंह सलाह तेरी नाम मन सावे नाम मन वसया बाज सिंधक ने कह नानक सच्चे साहिब क्या नाही कर तेरा सदा नाम सच नावे सुखमर सब सदा निर्माण किता गुरु दसिया कह नाम सुनो संतोष पत्र साचा नाम मेरा सुनो ਸਭਾਗੇ ਸ਼ਬਦ ਵਾਜੇ ਗਲਾ ਜਿੱਤਰ ਧਾਰਿਆ ਭੰਗੋ ਵਸ ਕੀਤੇ ਹਰ ਕਾਰਨ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਨ ਜਗ ਚੰਗਿਆਈਆਂ ਬੁਰਿਆਈਆਂ ਜਿਨੀ ਨਾਮ ਤੇ ਆਇਆ ਗਏ ਮਸਕ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ ਮਸਕ ਵਾਹਿਗੁਰੂ ਦੀਨੇ ਤਾ ਤਨਵਾਰ ਨਿਭਾਰਾ ਦੁਖਮ ਤਾ ਸੁਖਰਾਸ ਤਾ ਕੋ ਵਿਖਣਾ ਕੋ ਲਾਗੇ ਜਾਗੇ ਪ੍ਰਭ ਜਾਗੇ ਅਰਦਾਸ ਓੰਕਾਰ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਹਲੌਤੀ ਜੀ ਸਹਾਏ ਮਾਂ ਸ੍ਰੀ ਹਲੌਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਹਲੌਤੀ ਸਿਮਰਤਾ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੇਖਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਓ ਕੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਾਂ ਖਾਲਸਾ ਸਾਹਿਬ ਬੋਲਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅੱਖੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਗਵਾਈ ਦੇਵ ਕੇ ਅਣਡਿੱਠ ਕੀਤਾ ਕਟਵਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਏ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੰਧ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਲ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਿੰਘ ਸਾਹਿਬ ਜੀ ਤਾਂ ਰਿਚਿਆ ਰਿਹਾ
ਦੇਹ ਤੇਗ ਫਤਹਿ ਗਿਰਦ ਕੀ ਪੈਰ ਪੰਥ ਕੇ ਜੇ ਸ੍ਰੀ ਸਾਹਿਬ ਜੀ ਸੁਹਾਈ ਖਾਲਸਾ ਜੀ ਕੇ ਬੋਲ ਬਾਲੇ ਬੁਲਾਏ ਬਖਸ਼ੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨ ਕੇਸਰ ਦਾਨ ਨਾਨ ਦਾਨ ਅੰਮ੍ਰਿਤਸਰ ਜੀ ਕੇ ਦਰਸ਼ਨੀ ਇਸ਼ਨਾਨ ਚੌਕੀਆਂ ਝੰਡੇ ਮੁੰਡੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਰਬੱਤ ਗੁਰੂ ਖਾਲਸਾ ਸਾਹਿਬ ਬੋਲਾ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਨ ਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਏ ਸਦਾ ਪੰਪ ਦੇ ਸਹਾਈ ਦਾਤਾ ਵਾਹਿਗੁਰੂ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਤੇ ਜਿਨ੍ਹਾਂ ਤੋਂ ਖਾਲਸਾ ਪੰਪ ਨੂੰ ਵਿਛੋੜਿਆ ਗਿਆ ਜਿਨ੍ਹਾਂ ਦੇ ਖੁੱਲੇ ਦਰਸ਼ਨ ਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਬਖਸ਼ਾਓ ਏ ਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਕਮਲਾਂ ਵਿੱਚ ਸਮੂਹ ਸਾਧ ਸੰਗਤ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਮਹਾਰਾਜ ਆਪ ਜੀ ਦੀ ਬਾਣੀ ਦਾ ਮੁੱਖ ਵਾਕ ਹੈ ਰਾਣਾ ਰਾਵ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੇ ਕੋਈ ਨਾ ਬੰਦਾ ਤੇਰਾ ਜਿਹਾ ਜੀ ਲਿਖਿਆ ਤੇਆ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਤੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸੁਖਰਾਜ ਸਿੰਘ ਪਾਤਸ਼ਾਹ ਜੀਓ ਆਪ ਜੀ ਦੀ ਦਿੱਤੀ ਹੋਈ ਆਰਜੂ ਲੈ ਕੇ ਸੰਸਾਰ ਵਿੱਚ ਆਏ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਕੁਝ ਦਿਨ ਪਹਿਲਾਂ ਪਰਲੋਕ ਗਮਨ ਕਰ ਗਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਇਕੱਤਰਤਾ ਹੋ ਕੇ ਭਾਈ ਸੁਖਰਾਜ ਸਿੰਘ ਦੀ ਰੂਹ ਦੀ ਆਤਮ ਸ਼ਾਂਤੀ ਵਾਸਤੇ ਬਖਸ਼ੀ ਹੋਈ ਦਾਤ ਗ੍ਰਹਿ ਵਿਖੇ ਆਪ ਜੀ ਦੇ ਚਰਨ ਪਰਸ ਕੇ ਆਪ ਜੀ ਦੀ ਲਾਹੀ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾਏਗਾ ਸਤਿਗੁਰੂ ਜੀਓ ਭੋਗਾਂ ਤੋਂ ਉਪਰੰਤ ਸਤਿਗੁਰੂ ਮਹਾਰਾਜ ਆਪ ਜੀ ਨੇ ਖੁੱਲ੍ਹੇ ਪੰਡਾਲਾਂ ਦੇ ਵਿੱਚ ਦਰਸ਼ਨ ਦਦਾਰੇ ਦੇ ਕੇ ਨਿਹਾਲ ਕੀਤਾ ਖੁੱਲ੍ਹੇ ਪੰਡਾਲਾਂ ਦੇ ਵਿੱਚ ਸਤਿਗੁਰੂ ਮਹਾਰਾਜ ਭਾਈ ਸੁਖਰਾਜ ਸਿੰਘ ਜੀ ਦੇ ਨਿਮਿੱਤ ਆਪ ਜੀ ਦੇ ਰਾਗੀ ਸਿੰਘਾਂ ਨੇ ਕਥਾ ਵਾਚਕਾਂ ਨੇ ਲਾਹੀ ਬਾਣੀ ਦੇ ਜਾਪ ਕਰਨੇ ਕੀਤੇ ਸਤਿਗੁਰੂ ਮਹਾਰਾਜ ਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਭੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ ਅੱਗੇ ਤੋਂ ਸਮਾਪਤ ਬਖਸ਼ ਕਰਨੀ ਇਸ ਕਥਾ ਕੀਰਤਨ ਦਾ ਬਲਾ ਆਦੇਸ਼ ਭਾਈ ਸੁਖਰਾਜ ਸਿੰਘ ਦੀ ਰੂਹ ਨੂੰ ਬਖਸ਼ ਕਰਨਾ ਸਤਿਗੁਰੂ ਮਹਾਰਾਜ ਕਿਰਪਾ ਕਰਨੀ ਪਿਛਲੇ ਅਵਗਣ ਨਾ ਵਿਚਾਰਦਿਆਂ ਹੋਇਆ ਸਦਾ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਕਰਨਾ ਪਿੱਛੇ ਪਰਿਵਾਰ ਸੰਗਤਾਂ ਨੂੰ ਭਾਣਾ ਮਨ ਦਾ ਬਲ ਬਖਸ਼ ਕਰਨਾ ਜੇ ਪਰਿਵਾਰ ਵਿੱਚ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਦਾ ਬਖਸ਼ ਕਰਨਾ ਸਤਿਗੁਰੂ ਮਹਾਰਾਜ ਅੰਤ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦੇ ਦਰ ਦੀ ਹਾਜ਼ਰੀ ਭਰੇ ਸਰਬੱਤ ਦੀ ਹਾਜ਼ਰੀ ਤਿਲ ਪਟ ਭੇਟਾ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋਂ ਗੁਰਸਿੱਖੀ ਨਾਮ ਦਾਨ ਦੇ ਖਜ਼ਾਨੇ ਬਖਸ਼ ਕਰਨੇ ਸਤਿਗੁਰੂ ਮਹਾਰਾਜ ਸਾਰੇ ਪਰਿਵਾਰ ਤੇ ਮਿਹਰ ਭਰਿਆ ਰੱਖ ਕੇ ਚੜ੍ਹਦੀ ਕਲਾ ਬਖਸ਼ ਕਰਨੀ ਗੁਰਸਿੱਖੀ ਵਾਲਾ ਜੀਵਨ ਬਖਸ਼ ਕਰਨਾ ਨਾਮ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ ਸਤਿਗੁਰੂ ਮਹਾਰਾਜ ਬਖਸ਼ਿਆ ਹੋਇਆ ਭੰਡਾਰਿਆਂ ਵਿੱਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਾਜ ਕੇ ਆਪ ਜੀ ਦੇ ਦਰ ਤੇ ਹਾਜ਼ਰ ਹੋਈ ਹੈ ਆਪ ਜੀ ਕਿਰਪਾ ਕਰੋ ਭੋਗ ਲਾਓ ਲੱਗਾ ਹੋਇਆ ਭੋਗ ਸੀਤਲ ਪ੍ਰਸ਼ਾਦ ਸਾਸ ਵਰਤੇ ਜੋ ਛਕੈ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੈ ਸਤਿਗੁਰੂ ਮਹਾਰਾਜ ਆਪ ਕਰੋ ਕਿਰਪਾ ਦਿਓ ਸੀਸ ਆਈ ਹੋਈ ਸਾਹ ਸੰਗਤ ਨੂੰ ਪਵਿੱਤਰ ਪ੍ਰਮਾਣ ਬਖਸ਼ ਕਰਕੇ ਨਦਰੋ ਨਿਹਾਲ ਨਿਹਾਲ ਕਰੋ
ਆਪ ਜੀ ਦੀ ਚਰਨ ਸ਼ਰਨ ਹਾਜ਼ਰੀ ਅੰਦਰ ਜੋ ਜੀ ਆਵੈ ਸੋ ਰਾਜੀ ਤੇ ਪ੍ਰਸੰਨ ਜਾਵੈ ਸੁਖ ਹੋਵੈ ਨਾਮ ਚਿੱਤ ਆਵੈ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੰਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਆਵੇ ਸੋ ਨਿਹਾਲ ਹੋ ਜਾਵੇ ਗੁਰਪ੍ਰਿਆ ਨਾਲ ਚਿੱਟੀਆਂ ਬਾਜਾਂ ਵਾਲਿਓ ਸਤਿਗੁਰ ਰੱਖ ਲਓ ਬਿਰਧ ਬਾਣੀ ਦੀ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵਾਂ ਹਰੇ ਨਰ ਇਹ ਸਾਚੀ ਜੀਦਾਰ ਸਗਲ ਜਗਤ ਹੈ ਜੈਸ ਸੁਪਨਾ ਬਿਰਸਤ ਲਗਤ ਨਵਾਰ ਹਰੇ ਨਾਰ ਇਹ ਸਾਚੀ ਜੀਦਾਰ ਸਗਲ ਜਗਤ ਹੈ ਜੈਸ ਸੁਪਨਾ ਬਿਨ ਸਤ ਲਗਤ ਨਵਾਰ ਬਾਰ ਭੀਤ ਬਨਾਈ ਰਜ ਪਜ ਰਹਿਤ ਨਹੀਂ ਦਿਨ ਚਾਰ ਮਾਇਆ ਕੇ ਉਰਜਿਓ ਕਹਾ ਗਵਾਰ ਅੱਜ ਹੋ ਸਮਝ ਕਛ ਡਿਗਰਿਓ ਨਾਹਨ ਭਜ ਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਹੋ ਪਾਖਿਓ ਤੁਹੇ ਪੁਕਾਰ ਅੱਜ ਹੋ ਸਮਝ ਕਛ ਬਿਗੜਿਓ ਨਾਹਨ ਭਜ ਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਗਾਓ ਪਾਖਿਓ ਤੁਹੇ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖ਼ਤ ਦੇ ਰੱਖਿਆ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਖੇ ਸੋ ਮਈ ਸਮੇਂ 'ਤੇ ਸਮੂਹ ਸਿੱਖ ਸੰਗਤਾਂ ਨੇ ਹਾਜ਼ਰੀਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਭਰੀਆਂ ਹਨ ਭਾਈ ਸੁਖਰਾਜ ਸਿੰਘ ਜੀ ਦੀ ਜਾਣ ਨਾਲ ਪਰਿਵਾਰ ਨੂੰ ਬਹੁਤ ਘਾਟਾ ਪਿਆ ਹੈ ਮੌਤ ਇੱਕ ਬਹੁਤ ਭਿਆਨਕ ਸ਼ਬਦ ਹੈ ਅਤੇ ਖਰਵੇ ਸ਼ਬਦ ਹਨ ਮੌਤ ਦਾ ਨਾਂ ਲੈਣ ਤੋਂ ਜੀਵ ਡਰਦਾ ਹੈ ਜਦ ਜੀਵ ਨੂੰ ਮੌਤ ਦਾ ਨਾਂ ਚੇਤੇ ਆਉਂਦਾ ਹੈ ਇਹ ਭੱਜ ਦੌੜ ਆਉਂਦਾ ਹੈ ਇਹ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਸਾਰੇ ਬ੍ਰਹਿਮੰਡ ਆਕਾਸ਼ ਪਤਾਲ ਸੂਰਜ ਚੰਦ ਤਾਰੇ
ਇਹ ਸਾਰੇ ਹੀ ਕਾਲ ਪੁਰਖ ਦੇ ਹੁਕਮ ਚ ਨਿਜੋ ਬੰਦ ਹੈ। ਇਹ ਕਾਲ ਪੁਰਖ ਦੇ ਵਾਹਿਗੁਰੂ ਦੇ ਹੁਕਮ ਤੋਂ ਕੋਈ ਚੀਜ਼ ਬਾਹਰ ਨਹੀਂ। ਇਹ ਸਮੇਂ ਸਮੇਂ ਅਨੁਸਾਰ ਸਭ ਨੇ ਕੂਚ ਕਰ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਤੋਂ ਆਈ ਵਾਰ ਸਮੇਂ ਸਮੇਂ ਅਨੁਸਾਰ ਸਭ ਨੇ ਇੱਥੋਂ ਕੂਚ ਕਰ ਜਾਣਾ ਹੈ। ਅਤੇ ਗੁਰਮਤਿ ਕਹਿੰਦੀ ਹੈ, ਜੋ ਬ੍ਰਹਿਮੰਡੀ ਸੋਈ ਪਿੰਡੇ, ਜੋ ਖੋਜੇ ਜੋ ਮਰਨ ਲਿਖਾਏ ਮੰਡਲ ਮੈਂ ਆਏ। ਪਹਿਲਾਂ ਜੀਵ ਦਾ ਜਨਮ ਹੋਣ ਤੋਂ ਪਹਿਲਾਂ ਮਰਨ ਲਿਖਿਆ ਜਾਂਦਾ ਹੈ, ਬਾਅਦ 'ਚ ਇਸ ਬ੍ਰਹਿਮੰਡ ਵਿੱਚ ਜੀਵ ਦਾ ਜਨਮ ਆਉਂਦਾ ਹੈ। ਇਸੇ ਤਰ੍ਹਾਂ ਜਿਵੇਂ ਭਾਈ ਸੁਖਰਾਜ ਸਿੰਘ ਜੀ ਦੇ ਬੇਵਕਤ ਸਮੇਂ ਨਾਲ ਚਲੇ ਜਾਣਾ ਬਹੁਤ ਹੀ ਘਾਟਾ ਪਿਆ ਹੈ, ਜਿਵੇਂ ਪਰਿਵਾਰ ਨੂੰ ਤਾਂ ਘਾਟਾ ਪਿਆ ਹੈ, ਇਲਾਕੇ ਨੂੰ ਵੀ, ਸੱਜਣਾਂ ਮਿੱਤਰਾਂ ਪੀਰਾਂ ਨੂੰ ਭਰਾਵਾਂ ਨੂੰ ਬਹੁਤ ਘਾਟਾ ਪਿਆ ਹੈ। ਭਰਾ ਵੀ ਬਾਹਾਂ ਹੁੰਦੀਆਂ ਹਨ, ਜੈਸੇ ਕਿਰਸਾਨ ਬੋਵੇ ਕਿਰਸਾਨੀ, ਕਾਚੀ ਪਾਕੀ ਬਾਹਰ ਭਰਾ। ਜਿਵੇਂ ਕਿਸਾਨ ਦੀ ਖੇਤੀ ਹੈ, ਉਹ ਕੱਚੀ ਵੜ ਲਈ, ਪੱਕੀ ਵੜ ਲਈ, ਗੱਡਿਆਂ ਦੇ ਵੜ ਲਈ, ਇਹ ਸਾਰੀ ਉਹਦੇ ਹੁਕਮ ਵਿੱਚ ਹੈ, ਕਾਲ ਪੁਰਖ ਦੇ ਹੁਕਮ ਵਿੱਚ ਹੈ। ਸੋ ਭਾਈ ਸੁਖਰਾਜ ਸਿੰਘ ਜੀ ਦੇ ਜਾਣ ਦੇ ਨਾਲ ਪਰਿਵਾਰ ਨੂੰ ਬਹੁਤ ਘਾਟਾ ਪਿਆ ਹੈ। ਪਾਤਸ਼ਾਹ ਕਿਰਪਾ ਕਰਨ, ਆਪਣੇ ਘਰੋਂ ਦਰੋਂ ਬਖਸ਼ਿਸ਼ ਕਰਨ, ਭਾਈ ਸੁਖਰਾਜ ਸਿੰਘ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਅਤੇ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਦਾਸ ਇੰਨਾ ਹੀ ਕੁਝ ਕਹਿੰਦਾ, ਖਿਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਂ ਛੋਟੀ ਉਮਰ ਦੇ ਵਿੱਚ ਥੋੜ੍ਹੇ ਚਿਰ ਦੇ ਵਿੱਚ ਬੜੀਆਂ ਵੱਡੀ ਪਲੰਘਾਂ ਪੱਕੀਆਂ, ਜਿਸ ਦਾ ਸਬੂਤ ਅੱਜ ਹੋਇਆ, ਭਾਰੀ ਇਕੱਠ ਸਥਾਪਿਤ ਕਰ ਰਹੇ ਹਾਂ। ਮੇਰੇ ਵੀਰ ਦੇ ਦਿਲ ਦੇ ਵਿੱਚ ਬੜੇ ਬੜੇ ਸੁਪਨੇ ਸੀ, ਜੋ ਆਪਣੇ ਨਾਲ ਹੀ ਲੈ ਗਿਆ। ਇੱਕ ਸੁਪਨਾ ਮੇਰਾ ਵੀਰ ਦਾ ਇੱਕ ਹੈਗਾ ਜੀ, ਆਪਾਂ ਸਾਰੇ ਰਲ ਮਿਲ ਕੇ ਪੂਰਾ ਕਰਨਾ ਜੀ। ਉਹਦਾ ਸੁਪਨਾ ਸੀ ਭਗਵਾਨ ਆਪਣੇ ਵੱਡੇ ਆਪਣੇ ਛੋਟੇ ਵੀਰ ਭਗਵਾਨ ਇਸ ਪਿੰਡ ਦਾ ਸਰਪੰਚ ਬਣਾਉਣਾ, ਉਹ ਆਪਾਂ ਰਲ ਕੇ ਸਾਰਾ ਪੂਰਾ ਕਰਨਾ ਗਿਆ। ਬਾਕੀ ਮੈਂ ਨਹੀਂ ਪੂਰਾ ਚੰਦਰ ਬੋਲਿਆ ਜਾਣਾ, ਆਪਣੇ ਵੀਰ ਨਰਿੰਦਰ ਭਗਵਾਨ ਜਿਹੜੇ ਆਪਣੇ ਹਲਕੇ ਦੇ ਜੁਰਮ ਚਾਰ ਰਹੇ ਨੇ, ਉਹਨੂੰ ਬੇਨਤੀ ਕਰਦਾ ਕਿ ਗੁਰਮੁਖ ਸ਼ਰਧਾ ਫੁੱਲ ਪਿੰਡ ਜੁਗੋ ਜੁਗ ਟਲ ਸਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਵਿੱਚ ਬੈਠੇ ਸਰਦਾਰ ਸੁਖਰਾਜ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪੰਡਾਲ ਵਿੱਚ ਪਹੁੰਚੇ ਸੱਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਬਹੁਤ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸ਼ਰੀਕ ਹੋਏ ਹਾਂ। ਇਹ ਕੋਈ ਉਮਰ ਜਾਣ ਵਾਲੀ ਨਹੀਂ ਸੀ, ਸਰਦਾਰ ਸੁਖਰਾਜ ਸਿੰਘ ਨੇ ਥੋੜ੍ਹੀ ਹੀ ਉਮਰ ਦੇ ਵਿੱਚ ਜਦੋਂ ਸਕੂਲ ਤੋਂ ਹਟ ਕੇ ਇਹ ਸਮਾਜ ਸੇਵਾ ਦੇ ਵਿੱਚ ਪੈਰ ਧਰਿਆ, ਇੰਨੇ ਤਨ ਮਨ ਨਾਲ ਸੇਵਾ ਕੀਤੀ, ਅਜਿਹਾ ਪਿਆਰ ਸੰਗਤ ਦੇ ਵਿੱਚ, ਪਿਆਰ ਭਰਾਵਾਂ ਦੇ ਵਿੱਚ ਖਿਲਾਰਿਆ ਕਿ ਅੱਜ ਉਸ ਪਿਆਰ ਦੇ ਸਦਕਾ ਇਹ ਸਾਰੇ ਸੰਸਾਰ ਭਰਾ ਇੱਥੇ ਇਹ ਦੁੱਖ ਸਾਧਾ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਨੇ। ਸਰਦਾਰ ਸੁਖਰਾਜ ਸਿੰਘ ਨੇ ਪਿੰਡ ਠੱਠੀ ਦੇ ਵਿੱਚ ਕਿਸੇ ਵੀ ਇਨਸਾਨ ਨੇ ਉਹਨਾਂ ਨੂੰ ਕੋਈ ਵੀ ਕੰਮ ਕਿਹਾ, ਔਰ ਇਲਾਕੇ ਦੇ ਕਿਸੇ ਸੱਜਣ ਨੇ ਵੀ ਕੰਮ ਕਿਹਾ, ਉਹਨੇ ਨਾਂਹ ਨਹੀਂ ਕੀਤੀ। ਆਪਣਾ ਨੁਕਸਾਨ ਕਰਦੇ ਹੋਏ ਵੀ ਉਸ ਭਰਾ ਦਾ ਕੰਮ ਸਵਾਰਨ ਦੀ ਕੋਸ਼ਿਸ਼ ਕੀਤੀ ਆ। ਇਸ ਥੋੜ੍ਹੇ ਸਮੇਂ ਦੇ ਵਿੱਚ ਇੰਨੇ ਕੁ ਜੀਵਨ ਦੇ ਵਿੱਚ ਇੰਨਾ ਹਰਮਨ ਪਿਆਰਾ ਹੋ ਜਾਣਾ,
ਇਹ ਕੋਈ ਆਮ ਗੱਲ ਨਹੀਂ, ਇਹ ਪਰਮੇਸ਼ੁਰ ਦੀ ਬਖਸ਼ਿਸ਼ ਸੀ। ਉੱਤੇ ਉਸ ਇਨਸਾਨ ਨੇ ਬਹੁਤ ਹੀ ਤਨ ਮਨ ਨਾਲ ਸੇਵਾ ਕਰਕੇ ਅਤੇ ਆਪਣਾ ਜੀਵਨ ਬਤੀਤ ਕੀਤਾ ਸੀ। ਇਸ ਭਿਆਨਕ ਬਿਮਾਰੀ ਦਾ ਕੋਈ ਪਤਾ ਨਹੀਂ ਸੀ। ਇਸ ਉਮਰ ਦੇ ਵਿੱਚ ਬਹੁਤ ਸੁੰਦਰ ਸਰੀਰ ਸੀ, ਬੜੀ ਅਪਾਰ ਬਖਸ਼ਿਸ਼ ਸੀ ਉਸ ਪ੍ਰਾਣੀ 'ਤੇ। ਕਿਸੇ ਤਰ੍ਹਾਂ ਦਾ ਕਦੀ ਦੁੱਖ ਹੀ ਨਹੀਂ ਸੀ ਆਇਆ, ਪਰ ਜਦੋਂ ਦੁੱਖ ਆਇਆ ਇਸ ਸੰਸਾਰ ਦੇ ਵਿੱਚੋਂ ਵਿਚਾਰੇ ਨੂੰ ਅਲਵਿਦਾ ਕਹਿ ਕੇ ਜਾਣਾ ਪਿਆ। ਇਸ ਦੁੱਖ ਦੀ ਘੜੀ ਦਾ ਵਿੱਚ ਸਾਰੇ ਹੀ ਸੰਸਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 48 ਘੰਟੇ ਬਾਣੀ ਦਾ ਜੋ ਪ੍ਰਵਾਨ ਹੋਇਆ, ਇਹ ਸਭ ਤੋਂ ਸੱਚੀ ਸੁੱਚੀ ਸ਼ਰਧਾਂਜਲੀ ਆ। ਬਾਕੀ ਅਸੀਂ ਜਿੰਨੇ ਵੀ ਭਰਾ ਆਏ ਹਾਂ ਸਾਰੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ। ਇੰਨੇ ਹੀ ਕਈ ਸ਼ਬਦ ਕਹਿੰਦੇ ਹੋਏ ਖਮਾਂ ਦੇ ਜੱਜ ਕਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਧਿਆਪਕ ਪ੍ਰਧਾਨ ਸੁਖਬੀਰ ਸਿੰਘ ਗੋਪਰ, ਈਡੀ ਪ੍ਰਧਾਨ ਸੁਖਜਿੰਦਰ ਸਿੰਘ ਟਿਊਡੂ, ਸਰਪੰਚ ਬਡਾਲਾ ਜਗਰੂਪ ਸਿੰਘ, ਸਰਪੰਚ ਕੋਟਾ, ਬਹੁਤ ਸਾਰੇ ਰਾਇਡ ਪਰ ਖਮਾਂ ਦੇ ਜੱਜ ਆਏ ਹਨ। ਟਾਈਮ ਥੋੜ੍ਹਾ ਹੋਣ ਕਰਕੇ ਅਸੀਂ ਟਾਈਮ ਦੇ ਸਕਦੇ। ਹੁਣ ਬੀਬੀ ਬਲਵਿੰਦਰ ਕੌਰ ਜੀ, ਚੱਕ ਸ਼੍ਰੀ ਖਾਨ, ਉਹਨਾਂ ਨੂੰ ਬੇਨਤੀ ਕਰਾਂਗੇ ਦੋ ਮਿੰਟ ਵਾਸਤੇ। ਸਿੰਘ ਜੀ ਸਾਡੇ ਜੋ ਚਲਾਉਣਾ ਕਰ ਚੁੱਕੇ ਨੇ, ਪਰ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਾਡੀ ਪਾਰਟੀ ਨੂੰ, ਸਾਡੇ ਇਲਾਕੇ ਦੇ ਬੰਦਿਆਂ ਨੂੰ ਘਾਟਾ ਪਿਆ ਵਾ, ਪਰ ਉਹ ਘਾਟਾ ਸਾਡਾ ਕਦੇ ਪੂਰਾ ਨਹੀਂ ਹੋਏਗਾ। ਪਰ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਘਾਟਾ ਵਾ, ਪਰ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਅਤੇ ਉਹਨਾਂ ਦੀ ਮਿਹਨਤ ਬਹੁਤ ਹਟਲ ਸੀ। ਪਰ ਆਪਾਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਦੁੱਖ ਦੀ ਘੜੀ ਕਿਤੇ ਕੋਈ ਗੱਲ ਨਹੀਂ ਜੀ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਗਮਈ ਸਮਾਗਮ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੇਰੇ ਤੋਂ ਪਹਿਲਾਂ ਵਾਕਈ ਆ ਬੀਬੀ ਜੀ ਬੋਲ ਕੇ ਕਹਿ ਰਹੇ ਕਿ ਦੁੱਖ ਦੇ ਸਮੇਂ ਸ਼ਬਦ ਨਹੀਂ ਹੁੰਦੇ। ਮੈਂ ਰਸਤੇ 'ਚ ਹੁੰਦਿਆਂ ਵੀ ਇਹੋ ਸੋਚ ਰਿਹਾ ਸੀ ਕਿ ਕਿਸੇ ਦਾ ਯਾਰ ਨਾ ਵਿਛੜੇ। ਮੇਰਾ ਵੀਰ ਜਸਵਿੰਦਰ ਮਾਨਾ ਵਾਲਾ, ਇਹਦੇ ਵੱਲ ਮੈਂ ਉਦੋਂ ਦਾ ਮਿਲ ਰਿਹਾ ਸੀ, ਸ਼ਕਲ ਇਹਦੀ ਵੇਖ ਰਿਹਾ ਸੀ। ਵਾਕਿਆ ਹੀ ਮੇਰਾ ਸਾਥੀ ਸੁਖਰਾਜ ਠੱਠੀ, ਯਾਰਾਂ ਦਾ ਯਾਰ, ਸੱਜਣਾਂ ਦਾ ਸੱਜਣ, ਅਤੇ ਛੋਟੀ ਉਮਰ ਦੇ ਵਿੱਚ ਹੀ ਉਹਨੇ ਇੰਨੀ ਕੁ ਜ਼ਿਆਦਾ ਮੱਲਾਂ ਮਾਰ ਲਈਆਂ। ਭਾਵੇਂ ਉਹ ਰਾਜਨੀਤਿਕ ਖੇਤਰ ਦੀ ਗੱਲ ਕਰੀਏ, ਭਾਵੇਂ ਉਹਦੀ ਧਾਰਮਿਕ ਖੇਤਰ ਦੀ ਗੱਲ ਕਰੀਏ, ਅਤੇ ਭਾਵੇਂ ਉਹ ਹੋਰ ਕਿਸੇ ਖੇਤਰ ਦੀ ਸਮਾਜ ਦੇ ਵਿੱਚ ਗੱਲ ਕਰੀਏ, ਕੋਈ ਵੀ ਖੇਤਰ ਮੇਰੇ ਘਰ ਇਹੋ ਜਿਹਾ ਨਹੀਂ ਸੀ ਜਿੱਥੇ ਮੇਰੇ ਵੀਰ ਸੁਖਰਾਜ ਠੱਠੀ ਦਾ ਨਾਮ ਨਹੀਂ ਸੀ। ਬੜਾ ਦੁੱਖ ਹੋਇਆ, ਬੜਾ ਅਫਸੋਸ ਹੋਇਆ। ਚੜ੍ਹਦੀ ਉਮਰੇ ਜੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ, ਵਾਕਿਆ ਹੀ ਤਾਰਿਆਂ ਵੱਲ ਵੇਖਿਆ ਕਰਾਂਗੇ, ਆਪਣੇ ਸਾਥੀ ਨੂੰ, ਆਪਣੇ ਵੀਰ ਨੂੰ ਯਾਦ ਕਰਦੇ, ਤਾਰਿਆਂ ਦੇ ਦਰਸ਼ਨ ਵਿੱਚੋਂ ਆਪਣੇ ਵੀਰ ਸੁਖਰਾਜ ਠੱਠੀ ਦੇ ਦਰਸ਼ਨ ਕਰਿਆ ਕਰਾਂਗੇ। ਹੋਰ ਪਰਮਾਤਮਾ ਨੇ ਕੌਣ ਕਹੇ ਸਾਹਿਬ ਨੂੰ ਇੰਝ ਨਹੀਂ ਇੰਝ ਕਰ, ਉਹਦੇ ਅੱਗੇ ਵੀ ਸਾਡਾ ਜ਼ੋਰ ਨਹੀਂ ਚੱਲਦਾ, ਜ਼ੋਰ ਚੱਲਣਾ ਵੀ ਨਹੀਂ, ਕਿਉਂਕਿ ਉਹਦੀ ਜਿਹੜੀ ਸਾਇੰਸ ਆ, ਪਰਮਾਤਮਾ ਦੀ ਜਿਹੜੀ ਫਿਲੋਸਫੀ ਆ, ਪਰਮਾਤਮਾ ਦੀ ਜਿਹੜੀ ਮਿਸਟਰੀ ਆ, ਸਾਡੀ ਸਮਝ ਤੋਂ ਬਾਹਰ ਆ। ਇਸ ਕਰਕੇ ਅਰਦਾਸ ਕਰ ਸਕਦੇ ਹਾਂ ਪਰਮਾਤਮਾ ਦੇ ਅੱਗੇ, ਉਹਦੇ ਅੱਗੇ ਅਸੀਂ ਖਿਮਾ ਜਾਚਕਾ ਕਰ ਸਕਦੇ ਹਾਂ ਕਿ ਮੇਰੇ ਵੀਰ ਨੂੰ, ਮੇਰੇ ਸਾਥੀ ਨੂੰ ਆਪਣੀ ਸੱਚੀ ਦਰਗਾਹ ਦੇ ਵਿੱਚ ਮਾਨ ਸਨਮਾਨ ਬਖਸ਼ੇ, ਆਪਣੇ ਸੱਚੀ ਜਗ੍ਹਾ 'ਤੇ ਉਹਨੂੰ ਨਿਵਾਸ ਬਖਸ਼ੇ। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ, ਆਪਣੇ ਸਾਥੀ ਜਸਵਿੰਦਰ ਮਾਨਾਵਾਲਾ ਵੱਲੋਂ ਅਤੇ ਆਪਣੀ ਸਮੁੱਚੀ ਜਥੇਬੰਦੀ ਵੱਲੋਂ ਆਪਣੇ ਵੀਰ ਸੁਖਰਾਜ ਠੱਠੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਅਤੇ ਨਾਲ ਹੀ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਇਹ ਪਰਮਾਤਮਾ, ਇਹ ਸੱਚੇ ਪਿਤਾ, ਕਿ ਆਪਣੀ ਵਿਛੜੀ ਜੀਵ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਹਜ਼ੂਰੀ ਜੁੜ ਬੈਠੀ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਤਿਕਾਰਯੋਗ ਸਮੂਹ ਸਾਧ ਸੰਗਤ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਛੋਟੇ ਵੀਰ ਸੁਖਰਾਜ ਸਿੰਘ ਠੱਠੀ, ਜੋ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਕੇ
इस फानी संसार नूं अलविदा करके चले गए ने, उन्हां नूं श्रद्धा दे फुल भेट कर लई असीं सारे इत्थे जुड़ बैठे हाँ। गुरु महाराज दे महावाकां दे अनुसार राम ज्यो रावण ज्यो जागो बहु परिवार कहो ना अंतर कुछ नहीं, सुपने ज्यो संस्कार जो आया सो चल है, आई सब को वारियो। गुरु महाराज महावाकां दे अनुसार जो प्राणी जीव पीर पैगंबर ऋषि मुनि राजे महाराजे इस धरती से आए, संसार नूं जितना दा सुपना लैके सिकंदर वर्गे बादशाह भी इस धरती से आए, पर इस मौत रूपी दैन तो वह भी अपना विचार नहीं कर सके, उन्होंने भी इस धरती तो जाना पिया। गल करा मैं अपने छोटे वीर सिंहराज की, अज का ये विशाल इकट्ठ आए हुए धार्मिक लीडर साहबान, पोलिटिकल लीडर साहबान, समाज जथेबंद आगू साहबान, साडिया समुचिया जथेबंदियों के आगू साहबान सारे इस गल का प्रत्यक्ष प्रमाण ने। सिकराज ठठी यार यार से, वीर का वीर से, भरावान का भरा से, निभन वाला से। मेरा वाह भी इस वीर नाल तकरीबन पिछले 8-10 साल तो पिया, जदों के लोपो के स्कूल के असी इकट्ठे हुए, वो काम पै गया, असी वो मोर्चा जितया। अज भी याद आ कि जदों के उस बाद जो भी मिले आ बड़े खुशियां वागू भरावान वागू, अज भी 94 मेरे उदा से जिदा उतो सन। अज भी मैं इस स्टेज तो कह सकता कि जिहड़े भी सज्जन नूं तुसीं वेख्या सोशल मीडिया से, तुसीं वेख्या फेसबुक से, मैं वेख्या सारिया उहदियां फोटो वेखियां ने, किसी वीर दे नाल एक दिन भी रहा, 2-4 दिन भी रहा, उस वीर का वाह भरावान वागू रहा, सज्जन दाते नभाए ने उस वीर ने। अज सारे समुचियां धिरां ते बैठियां ने, ये गल लैके जायो कि वो यारा दा यार सी, यारियां नभाउणा सी। अज साडे विचों एक भैण दा भरा, एक भरावां दा वीर, एक माता दा पुत, एक छोटे बच्चे दा पिता चले गया, असी उसकी घाट ते पूरी नहीं कर सकते, पर परिवार नूं विश्वास दे सकते हैं कि जदों भी साडी किते लोड़ महसूस पवे परिवार नूं, असी तन नाल मन नाल धन नाल हर तरह की उस वीर की मदद करांगे, बिना झिझक दे परिवार जो भी सानूं आवाज मारे असी आवांगे। मैं अपनी जथेबंदी एलीमेंट टीचर यूनियन पंजाब जिला अमृतसर वालों, मेरे नाल मेरे साथी सीनियर मीत प्रधान परमवीर औखे जी आए हैं, सरबजीत जी आए हैं, होर सारे टीचर भरा आए हैं, मैं अपने वालों अपने परिवार वालों इस वीर नूं श्रद्धा दे फुल भेंट करदा, तो परमात्मा अगे इहो ही अरदास करदा कि सच्चे पातशाह इस वीर नूं अपने चरणों में निवास बख्शे, तो जदों भी वीर आवे मैं तो कहना साडा वो भरा बन के आवे, साडी बांह बन के आवे, साडे नाल फिर वो विचरे। इन्ना कुछ कहता हुआ कि मैं दस गया जी, पिछो परिवार को पाणा मिलने का बल बख्शे जी, धन्यवाद सारे सब। बहुत ही दुख की घड़ी अत गमगीन हालत च बैठे मेरे भैनों के भराओ, वाहिगुरु जी का खालसा वाहिगुरु जी की फतेह। अज असी सरदार सिकराज सिंह की अंतम अरदास बड़े गमगीन मन नाल इकट्ठे होए हाँ, क्योंकि सिकराज सिंह की शख्सियत एक ऐसी शख्सियत सी जो हर बंदे नूं प्रभावित करती थी। सिकराज सिंह कांग्रेस पार्टी का पक्का सिपाही सी, इस कोई शक नहीं सी, पर उहदा दोस्तां मित्रां का जिहड़ा घेरा सी वह बहुत विशाल सी। उहदे दोस्तां मित्रां का घेरा उहदी शख्सियत मुताबक पार्टी दीआं हद्दां तोड़ के भी उहदे बहुत सारे मैं कह सकदा सज्जन मित्र सन जिहड़े उस तों बहुत आसा रखते सन। इस वास्ते सारिआं नूं उहनां दे जान दा जिथे परिवार नूं बेअंत घाटा पिआ उत्थे उहनां दी पार्टी नूं भी बहुत मैं समझदा घाटा पिआ, पर सब तों ज़्यादा जिहड़े उहदे सज्जन मित्र सन जिहड़े उस तों बहुत आसा रखते सन उहदी शख्सियत वेख के खुश हुंदे सन, अज उहनां दी भी हालत बहुत गमगीन आ। मैं इन्नियां गल्लां करदा आ उस परिवार नूं विश्वास दिवाउणा, साडी पार्टी
ਸਾਡੀ ਜਥੇਬੰਦੀ ਦੁੱਖ ਸੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਆ, ਕਿਉਂਕਿ ਉਹ ਸਾਡਾ ਮਿੱਤਰ ਸੀ। ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਰਹਿਣ ਦਾ ਬਲ ਬਖਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਗਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੇਰਾ ਵੀਰ ਸਿਰਾਜ ਸਿੰਘ ਜਿਹੜਾ ਕਿ 20-21 ਸਾਲ ਤੋਂ ਇਕੱਠਾ ਆਈ ਜਰਾਨਾ ਰਿਹਾ, ਇਕੱਠੇ ਤਾਂ ਰਹੇ, ਕੋਈ ਵੀ ਮੀਟਿੰਗ ਹੋਣੀ ਜਾਂ ਸਾਡੇ ਅਧਿਆਪਕ ਦਲ ਦੀ ਹੋਣੀ ਮੇਰੇ ਨਾਲ ਰਿਹਾ, ਦੁੱਖ ਸੁੱਖ 'ਚ ਹਰ ਘੜੀ 'ਚ। ਸੱਚੀ ਬਾਂਹ ਸੀ ਮੇਰੀ, ਬਾਂਹ ਕੰਮ ਕਰਦੀ ਹੈ ਪਰ ਬਲ ਨਹੀਂ ਹੈਗਾ। ਸੱਜਣਾ ਮਿੱਤਰਾਂ ਦਾ ਕੋਈ ਵੀ ਰਿਸ਼ਤੇਦਾਰ, ਕੋਈ ਵੀ ਯਾਰ ਬੇਲੀ ਜਿੰਨੇ ਵੀ ਆਏ ਆ, ਇਹ ਨਹੀਂ ਕਹਿ ਸਕਦਾ ਕਿ ਸਗਰਾਜ ਨੂੰ ਅਸੀਂ ਅੱਧੀ ਰਾਤ ਮਾਜ਼ ਮਾਰੀ, ਸਗਰਾਜ ਸਾਡੇ ਨਾਲ ਨਹੀਂ ਤੁਰਿਆ, ਜਾਂ ਸਗਰਾਜ ਨੇ ਕਿਸੇ ਕੰਮ ਤੋਂ ਨਾ ਕੀਤੀ। ਇੱਕ ਵੀ ਜੇ ਇੱਥੋਂ ਹੈਗਾ ਤਾਂ ਮੈਨੂੰ ਦੱਸ ਦਿਓ, ਮੈਂ ਉਸੇ ਵੇਲੇ ਜੋ ਮਰਜ਼ੀ ਹਰਜਾਨਾ ਲਾ ਦਿਓ। ਜੇ ਇੱਕ ਸੱਜਣ ਜਾਂ ਇੱਕ ਰਿਸ਼ਤੇਦਾਰ ਨਾਲ ਸਗਰਾਜ ਕੰਮ ਨਹੀਂ ਪਿਆ, ਸੱਜਣਾ ਮਿੱਤਰਾਂ ਦੀ ਤਰੀਕ ਹੁੰਦੀ ਸੀ ਹਾਈ ਕੋਰਟ, ਤੇ ਫਿਕਰ ਸਗਰਾਜ ਨੂੰ ਹੁੰਦਾ ਹੈ, ਰਿਮਾਇੰਡਰ ਲਾਇਆ ਹੁੰਦਾ ਹੈ ਫੋਨ ਤੇ, ਆਣ ਕੇ ਤੜਕੇ 1 ਵਜੇ ਆ ਜਾਣਾ, ਚੱਲ ਚੱਲੀਏ ਤਰੀਕ ਆ ਜਾ, ਸੌਂਦਾ ਹੀ ਨਹੀਂ ਸੀ। ਪਿੱਛੇ ਇਹ ਦਾਖਲ ਦੌਰਾਨ ਹੈਦਰਾਬਾਦ ਤੋਂ ਇੱਕ ਸੱਜਣ ਆਇਆ ਪਤਾ ਲੈਣ, ਮੈਂ ਕਿਹਾ ਇਹ ਪੁੱਛਿਆ ਸੱਜਣਾ ਨੇ ਉੱਥੇ ਵੀ ਤੇਰੇ ਨਾਲ ਕੀ ਵਾਹ ਪਿਆ, ਕਹਿੰਦਾ 2 ਜਾਂ 4 ਮਹੀਨੇ ਤੋਂ ਪਹਿਲੋਂ ਇਹ ਸਾਡਾ ਸੱਜਣ ਬਣਿਆ, ਮੇਰੇ ਕੋਲੇ ਦੀ ਖਾਣ ਹੈ ਜਾਂ ਫੈਕਟਰੀ ਹੈ, 5 ਲੱਖ ਰੁਪਈਆ ਮੇਰਾ ਅੜ ਗਿਆ ਸੀ ਪੰਜਾਬ 'ਚ, ਅਤੇ ਸਗਰਾਜ ਨੇ ਮੇਰਾ ਕਢਾ ਕੇ ਦਿੱਤਾ ਹੈਦਰਾਬਾਦ ਤੋਂ, ਚੇਤਿਆ ਪਤਾ ਲੈਣ ਆਇਆ। ਪੰਜਾਬ 'ਚ ਕਿਸੇ ਵੀ ਸ਼ਹਿਰ 'ਚ ਮੈਂ ਦਾਅਵੇ ਨਾਲ ਕਹਿ ਸਕਦਾ ਮਹਾਰਾਜ ਦੀ ਹਜ਼ੂਰੀ 'ਚ, ਜਿਹੜੇ ਸ਼ਹਿਰ 'ਚ ਉਹਨੂੰ ਆਖੀਦਾ ਸਗਰਾਜ ਨੂੰ, ਉਸੇ ਸ਼ਹਿਰ 'ਚ ਬੰਦਾ ਪੈਦਾ ਕਰ ਦਿੰਦਾ। ਵਾਕ ਵੀ ਇੰਨੀ ਹੀ ਹਰਦਾ, 20-22 ਸਾਲਾਂ ਦੇ ਵਿੱਚ ਉਹਨੇ ਮਤੀ ਮੈਨੂੰ ਕਦੀ ਵੀ ਤੂੰ ਜਾਂ ਮੇਰਾ ਨਾਂ ਲੈ ਕੇ ਨਹੀਂ ਬੁਲਾਇਆ, ਪ੍ਰਧਾਨ ਜੀ ਵੀਰ ਜੀ, ਬਸ 2 ਚੀਜ਼ਾਂ। ਮੈਂ ਗੁੱਸੇ ਕਦੀ ਹੋ ਜਾਂਦਾ ਪਰ ਉਹਨੇ ਨਹੀਂ ਕਦੀ ਨਹੀਂ ਗੁੱਸਿਆ ਕਿਸੇ ਨਾਲ। ਬਾਕੀ ਹੁਣ ਸੱਜਣ ਤਾਂ ਨਹੀਂ ਮਿਲਣਾ, ਉਹਦੇ ਬੱਚਿਆਂ ਬਾਰੇ ਅਸੀਂ ਸਾਰੇ ਸੱਜਣ ਜ਼ਰੂਰ ਸੋਚਾਂਗੇ। ਇੱਕ ਪਾਰਟੀ ਦਾ ਬੜਾ ਤਕੜਾ ਵਰਕਰ ਸੀ, ਇਹ ਪਾਰਟੀ ਨੂੰ ਚਾਹੀਦਾ ਔਜਲਾ ਸਾਹਿਬ ਦੀ ਵੀ ਮਾਤਾ ਜੀ ਆਏ ਆ, ਸਰਕਾਰੀਆ ਸਾਹਿਬ ਦੇ ਭਤੀਜੇ ਆਏ ਆ, ਮੰਤਰੀ ਸਾਹਿਬ ਆਪ ਹੀ ਹੋ ਕੇ ਗਏ, ਇਲੈਕਸ਼ਨ ਕਰਕੇ ਨਹੀਂ ਆਇਆ ਗਿਆ, ਵੀ ਉਹਦੇ ਨਾਂ 'ਤੇ ਪਿੰਡ 'ਚ ਕੋਈ ਸਟੇਡੀਅਮ ਖੇਡ ਜਾਂ ਕੋਈ ਗੇਟ ਬਣਾ ਦੇਣ, ਜੇ ਨਹੀਂ ਗੇਟ ਅਸੀਂ ਸੱਜਣ ਮਿੱਤਰ ਬਣਾ ਦਾਂਗੇ, ਠੱਠੀ ਲੋਕੋਕਿਆਂ ਤੋਂ ਠੱਠੀ ਨੂੰ ਜਾਂਦਾ, ਇੱਕ ਸਟੇਡੀਅਮ ਜ਼ਰੂਰ ਉਹਦੇ ਨਾਂ 'ਤੇ ਉਹਦੇ ਪਿੰਡ 'ਚ ਬਣਾ ਦੇਣ, ਕਿਉਂਕਿ ਬੱਚੇ ਖੇਡਣ ਉਹਨੂੰ ਯਾਦ ਕਰਨ। ਸਗਰਾਜ ਸੱਜਣਾਂ ਦਾ ਸੱਜਣ ਹੀ ਸਗਰਾਜ ਹਰ ਬੰਦੇ ਦੇ ਕੰਮ ਆਇਆ ਸੀ। ਬਾਕੀ ਕੀ ਕਹਿ ਸਕਦੇ ਹਾਂ ਰੱਬ ਦੇ ਅੱਗੇ, ਰੱਬ ਨੇ ਖੁਣ ਹਰ ਮੁਸੀਬਤ 'ਚ ਕਦੀ ਨਹੀਂ ਟਲਿਆ, ਅੱਗੇ ਲਾ ਕੇ ਕੋਈ ਵੀ ਵੱਡੀ ਮੁਸੀਬਤ ਆ ਜਾਣੀ ਬਸ ਟੈਨਸ਼ਨ ਨਹੀਂ ਲੈਣੀ, ਇੱਕੋ ਗੱਲ ਕਰੀ ਗਿਆ ਟੈਨਸ਼ਨ ਨਹੀਂ ਲੈਣੀ, ਠੀਕ ਹੈ। ਵਰਦੀਆਂ ਗੋਲੀਆਂ 'ਚ ਹਰ ਥਾਂ ਸਗਰਾਜ ਬਚ ਕੇ ਨਿਕਲਿਆ, ਅਤੇ ਜਾਣ ਲੱਗਾ ਕਿ ਨਿੱਕੀ ਜਿਹੀ ਗੱਲ ਤੋਂ ਜਾਂਦਾ ਰਿਹਾ, ਕੋਈ ਪਤਾ ਨਹੀਂ ਕੋਈ ਸਮਝ ਨਹੀਂ ਆਉਂਦੀ ਕੀ ਬਣ ਗਿਆ ਸਾਡੇ ਨਾਲ। ਬਾਕੀ ਉਹਦੇ ਬੱਚਿਆਂ ਬਾਰੇ ਅਸੀਂ ਜ਼ਰੂਰ ਸੋਚਾਂਗੇ। ਸੱਜਣ ਤਾਂ ਹੀ ਕੀ ਹੁੰਦੀ ਆ, ਉਹਨੇ ਦੱਸਤਾ ਸਾਨੂੰ ਸੱਜਣ, ਅੱਜ ਕੱਲ੍ਹ ਦੇ ਸੱਜਣ, ਉਹ ਤੋਂ ਬਾਅਦਾ ਕਈ ਸੱਜਣ ਮਿਲੇ, ਕੋਈ ਫਸ ਜਾਂਦਾ ਮਗਰ ਉਹ ਤਾੜੀ ਮਾਰ ਕੇ ਹੱਸਦੇ, ਹੈਗੇ ਆ ਬਹੁਤ ਸਾਰੇ ਸਾਡੇ ਕੋਲ ਵੀ ਹੈਗੇ ਆ ਸੱਜਣ, ਅਤੇ ਬਹੁਤ ਸਾਰੇ ਚੰਗੇ ਵੀ ਹੈਗੇ ਆ ਜਿਹੜੇ ਰੋਂਦੇ ਆ ਸੱਜਣਾ ਮਗਰ ਜਾਂਦੇ ਆ, ਹੁਣ ਵੀ ਤੁਸੀਂ ਵੇਖਦੇ ਆਉਂਦੇ ਆ ਵੀ ਸੱਜਣ ਕੀ ਚੀਜ਼ ਆ, ਕੀ ਮੰਗਦਾ ਸੱਜਣ, ਕਿਸੇ ਦੀ ਮਾਂ ਨੂੰ ਆਪਣੀ ਮਾਂ ਸਮਝਣਾ, ਭੈਣ ਨੂੰ ਆਪਣੀ ਭੈਣ ਸਮਝਣਾ, ਯਾਰ ਨੂੰ ਆਪਣਾ ਯਾਰ ਸਮਝਣਾ, ਦੁੱਖ ਸੁੱਖ ਵੇਲੇ ਆਪ ਹੀ ਬਿਨਾਂ ਆਵਾਜ਼ ਮਾਰੀ ਫੋਨ ਕੀਤੇ ਸਗਰਾਜ ਸਿੰਘ ਜਿਹੜਾ ਹਾਜ਼ਰ ਹੋ ਜਾਂਦਾ ਸੀ, ਕੋਈ ਇਹ ਨਹੀਂ ਕਹਿ ਸਕਦਾ ਮੈਨੂੰ ਮੁਸੀਬਤ ਪਈ ਅਤੇ ਸਗਰਾਜ ਭੱਜ ਗਿਆ, ਹਰ ਇੱਕ ਦਾ ਸਾਂਝਾ ਸੀ, ਠੀਕ ਆ। ਇਹ ਪਾਰਟੀ ਦੀ ਜ਼ਿੰਮੇਵਾਰੀ ਵੀ ਬਣਦੀ ਆ, ਇਹ ਪਾਰਟੀ ਨਾਲ ਜਿੰਨਾ ਉਹਨੇ ਕੰਮ ਕੀਤਾ, ਜਾਂ ਉਹਦੇ ਪਿੰਡ 'ਤੇ ਜੋ ਸਕੂਲ ਬਣਾ ਲਓ, ਸਟੇਡੀਅਮ ਬਣਾ ਲਓ, ਸੱਜਣ ਮਿੱਤਰ ਅਸੀਂ ਗੇਟ ਬਣਾ ਦਾਂਗੇ ਪੈਸੇ ਇਕੱਠੇ ਕਰਕੇ, ਕਿੱਡੀ ਗੱਲ ਹੈ, ਠੀਕ ਹੈ ਨਾ। ਇਹ ਉਸ ਵੀਰ ਨੂੰ ਯਾਦ ਰੱਖਣਾ ਸਦਾ, ਜਿਹੜੇ ਜਿਹੜੇ ਉਹਨੇ ਕੰਮ ਕਹੇ ਆ
ਉਹ ਕੰਮ ਅਸੀਂ ਪੂਰੇ ਕਰਨੇ ਆ। ਸਗਰਾਜ ਵੀਰ ਬੱਬੂ ਵੀਰ ਦੇ ਨਾਲ ਅਸੀਂ ਖਲੋਤੇ, ਅੱਗੇ ਵੀ ਖਲੋਤੇ ਸੀ, ਹੁਣ ਵੀ ਖਲੋਤੇ ਹਾਂ। ਸਗਰਾਜ ਚਲੇ ਗਿਆ ਕੋਈ ਗੱਲ ਨਹੀਂ, ਅਸੀਂ ਪਿੱਛੇ ਹਾਂ। ਕੁਝ ਵੀ ਹੋ ਜਾਏ, ਕੁਝ ਵੀ ਤੂਫਾਨ ਆ ਜਾਏ, ਜੋ ਮਰਜ਼ੀ ਆ ਜਾਏ, ਅਸੀਂ ਨਾਲ ਆ, ਅਸੀਂ ਨਹੀਂ ਭੱਜਦੇ। ਪਰ ਥੋੜ੍ਹਾ ਪਾਰਟੀ ਨੂੰ ਵੀ ਫਰਜ਼ ਉਹਦਾ ਜ਼ਰੂਰ ਨਿਭਾਉਣਾ ਚਾਹੀਦਾ, ਬਹੁਤ ਉਹਨੇ ਧੱਕੇ ਖਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਤਰ ਗੋ ਚ ਬੈਠੇ ਸਰਬੱਤ ਸਾਧ ਸੰਗਤ, ਮੇਰੀਆਂ ਭੈਣਾਂ, ਮੇਰੇ ਵੀਰ, ਮੇਰੀਆਂ ਬੱਚੀਆਂ, ਮੇਰੇ ਬੱਚੇ, ਅੱਜ ਮੈਨੂੰ ਦੱਸਣ ਦੀ ਲੋੜ ਨਹੀਂ ਆ ਕਿ ਅੱਜ ਇਹ ਸੋਗਮਈ ਸਮਾਗਮ ਵਿੱਚ ਅਸੀਂ ਕਿਉਂ ਇਕੱਠੇ ਹੋਏ ਹਾਂ ਕਿ ਇੱਕ ਅਨੋਖੀ ਕਿਸਮ ਦਾ ਫੁੱਲ ਜਿਹੜਾ ਇਸ ਪਰਿਵਾਰ ਨੂੰ ਤੋਹਫੇ ਦੇ ਰੂਪ ਵਿੱਚ ਮਿਲਿਆ ਸੀ, ਆਪਣੀ ਮਿਹਨਤ ਖਿਲਾਰ ਕੇ ਸਰੀਰਕ ਤੌਰ 'ਤੇ ਪਰਿਵਾਰ ਵਿੱਚੋਂ ਸਾਡੇ ਵਿੱਚੋਂ ਚਲਿਆ ਗਿਆ। ਮੈਂ ਸੁਖਰਾਜ ਬਾਰੇ ਕੋਈ ਗੱਲ ਕਰਾਂ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਰਾਜ ਨੂੰ ਵੇਖਿਆ ਨਹੀਂ, ਪਰ ਜੋ ਜਸਵਿੰਦਰ ਨੇ ਗੱਲ ਕੀਤੀ ਆ ਉਹਦੇ ਤੋਂ ਮੈਨੂੰ ਉਹਦੇ ਵਿਅਕਤੀਤਵ ਦੀ, ਜੇ ਮੈਂ ਕਹਾਂ ਕਿ ਡੂੰਘੀਆਂ ਸਿਖਰਾਂ 'ਚ ਝਾਤੀ ਵੱਜ ਗਈ ਆ, ਇਹਦੇ 'ਚ ਕੋਈ ਹਕੀਕਤ ਨਹੀਂ। ਸਮਾਜ ਸੇਵਕ, ਲੁੱਟੇ ਹੋਏ ਸਮਾਜ ਵੱਲ ਖੜਨਾ, ਲੁਟੇਰਿਆਂ ਦੇ ਖਿਲਾਫ ਖੜਨਾ, ਇਹ ਸਮਾਜ ਬਾਰੇ ਸੋਚਣਾ ਅਤੇ ਹੱਦਾਂ ਪਾਰ ਕਰਕੇ ਪਾਰਟੀ ਦੀਆਂ ਵੀ ਅੱਗੇ ਨੂੰ ਸੋਚਣਾ, ਅਸਲ 'ਚ ਇਹ ਹੀ ਇਨਸਾਨ ਹੈ। ਇੱਕ ਪਾਰਟੀ ਦਾ ਹੋ ਕੇ ਰਹਿ ਜਾਣਾ ਬੰਦਾ ਇਨਸਾਨ ਨਹੀਂ ਬਣਦਾ। ਇਨਸਾਨੀਅਤ ਇਹ ਮੰਗ ਕਰਦੀ ਹੈ ਕਿ ਅਸੀਂ ਸਭ ਲਈ ਹੋਈਏ, ਸਾਰਿਆਂ ਲਈ ਹੋਈਏ। ਕਹਿੰਦੇ ਦਰਿਆਵੇ ਕੰਢੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਸੁਖਰਾਜ ਨੂੰ ਚਿੱਤ ਚੇਤਾ ਵੀ ਨਹੀਂ ਕਿ ਮੇਰੀ ਜਿਹੜੀ ਉਮਰ ਦੀ ਤੰਦ ਆ ਇੰਨੀ ਛੋਟੀ ਆ, ਇੰਨੀ ਕੱਚੀ ਆ। ਪਰਿਵਾਰ ਗਰਜੇਵੇਂ, ਸਮਾਜ ਗਰਜੇਵੇਂ, ਅਤੇ ਆਪਣੇ ਸਰੀਰ ਵੱਲ ਵੇਖਿਆ ਹੀ ਨਹੀਂ। ਉਦੋਂ ਵੇਖਿਆ ਜਦੋਂ ਘੜਾ ਬਿਲਕੁਲੋਂ ਤਿੜਕ ਗਿਆ ਅਤੇ ਪਾਣੀ ਸਾਰਾ ਨਿਕਲ ਗਿਆ। ਸ਼ਿਵ ਕੁਮਾਰ ਕਹਿੰਦਾ, ਸਿਖਰ ਦੁਪਹਿਰਾ ਸਿਰ 'ਤੇ ਮੇਰਾ ਢਲ ਚੱਲਿਆ ਪਰ ਸ਼ਾਮਾਂ। ਸਿਖਰ ਦੁਪਹਿਰਾ ਯੋਬਨ ਰੋ ਜਵਾਨੀ ਵੇ, ਅਤੇ ਸ਼ਾਮ ਪੈ ਗਈ ਸਰੀਰ ਦੀ, ਸਵਾਸਾਂ ਤੋਂ ਬਗੈਰ ਹੋ ਗਿਆ ਸਰੀਰ। ਫਿਰ ਸ਼ਿਵ ਨੇ ਕਿਹਾ ਹੈ, ਯੋਬਨ ਰੁੱਤੇ ਜੇ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ। ਹੁਣ ਜੇ ਅੱਜ ਸੁਖਰਾਜ ਫੁੱਲ ਬਣ ਜਾਂਦਾ ਹੈ ਜਾਂ ਤਾਰਾ ਬਣ ਜਾਂਦਾ ਹੈ, ਉਹ ਇੱਕ ਵੱਖਰੀ ਕਿਸਮ ਆ। ਫੁੱਲ ਬਣ ਜਾਏ, ਤਾਰਾ ਬਣ ਜਾਏ, ਜਿਸ ਤਰ੍ਹਾਂ ਸਾਰੇ ਬੱਚਿਆਂ ਨੇ ਗੱਲ ਕੀਤੀ ਆ, ਯਾਰਾਂ ਦਾ ਯਾਰ ਸੀ, ਭੈਣ ਦਾ ਵੀਰ ਸੀ, ਭਰਾਵਾਂ ਦਾ ਭਰਾ ਸੀ, ਮਾਂ ਦਾ ਬੇਟਾ ਸੀ, ਬੱਚਿਆਂ ਦਾ ਪਿਤਾ ਸੀ, ਅਤੇ ਸਾਥਣ ਦਾ ਸੁੱਖ ਅਤੇ ਰਾਜ ਸੀ। ਅੱਜ ਉਹਦੀ ਸਾਥਣ ਦਾ ਸੁੱਖ ਵੀ ਗਿਆ, ਰਾਜ ਵੀ ਗਿਆ। ਜਵਾਨ ਉਮਰ ਆ, ਅਸੀਂ ਜੇ ਆਪਣੇ ਸਮਾਜ ਵੱਲ ਝਾਤੀ ਮਾਰ ਕੇ ਵੇਖੀਏ ਤਾਂ ਕੀ ਕੁਝ ਹੋ ਰਿਹਾ ਹੈ ਸਾਡੇ ਸਮਾਜ ਵਿੱਚ। ਮੈਂ ਅਕਸਰ ਕਹਿੰਦੀ, ਅਸੀਂ ਕਾਮਾਂ ਦੇ ਸਮਾਜ ਵਿੱਚ ਰਹਿੰਦੀ ਹਾਂ। ਸਪੈਸ਼ਲੀ ਔਰਤ ਜਾਤ ਜੇ ਅੰਦਰ ਵੜਦੀ ਹੈ ਤਾਂ ਜੂਏ, ਜੇ ਬਾਹਰ ਨਿਕਲਦੀ ਹੈ ਤਾਂ ਕਾਮ। ਉਸ ਬੇਟੀ ਨੂੰ ਮੈਂ ਕੀ ਆਖਾਂ, ਕੀ ਉਹਨੂੰ ਸਤਮਨਾ ਦੇਵਾਂ ਕਿ ਕੋਈ ਗੱਲ ਨਹੀਂ ਸੁਖਰਾਜ ਚਲਿਆ ਗਿਆ ਹੈ? ਨਹੀਂ, ਸੁਖਰਾਜ ਸੁਖਰਾਜ ਹੀ ਆ, ਉਹਦੇ ਬੱਚਿਆਂ ਲਈ ਵੀ ਅਤੇ ਉਹਦੇ ਲਈ। ਇੱਕ ਵਾਰੀ ਇਸ ਤਰ੍ਹਾਂ ਹੀ ਸਭਾ ਲੱਗੀ ਸੀ, ਕਿਸੇ ਨੇ ਪੁੱਛਿਆ ਕਿ ਦੁਨੀਆ 'ਤੇ ਆਉਣਾ ਅਤੇ ਸਭ ਤੋਂ ਔਖਾ ਕੰਮ ਕਿਹੜਾ ਹੈ ਜਿਹੜਾ ਕਰਨਾ ਪੈਂਦਾ ਹੈ? ਅਤੇ ਜਵਾਬ ਮਿਲਿਆ ਸੀ, ਮਗ ਦੇ ਅੰਗਿਆਰਿਆਂ 'ਤੇ ਨੰਗੇ ਪੈਰੀਂ ਤੁਰਨਾ, ਤੇਜ਼ ਅਤੇ ਤਿੱਖੀਆਂ ਤਲਵਾਰਾਂ ਦੇ ਉੱਤੇ ਨੰਗੇ ਪੈਰੀਂ ਤੁਰਨਾ, ਧਰਤੀ ਫੁੱਲਣੀ, ਅਸਮਾਨ ਫੁੱਲਣਾ, ਸਮੁੰਦਰ ਨੂੰ ਹੰਭਾਲ ਕੇ ਰੱਖ ਦੇਣਾ, ਔਖਾ ਕੰਮ ਨਹੀਂ ਆ। ਔਖਾ ਕੰਮ ਕੀ ਆ? ਦੁਨੀਆ 'ਤੇ ਆਉਣਾ, ਮਨੁੱਖ ਬਣਨਾ ਅਤੇ ਇਨਸਾਨੀਅਤ ਵੱਲ ਵਧਣਾ, ਇਨਸਾਨੀਅਤ ਦੀ ਸੇਵਾ ਕਰਨੀ। ਸਭ ਤੋਂ ਔਖਾ ਕੰਮ ਇਹ ਆ ਜਿਹੜਾ ਸੁਖਰਾਜ ਕਰਦਾ ਸੀ। ਜਸਵਿੰਦਰ ਕੋਲੋਂ ਗੱਲ ਨਹੀਂ ਸੀ ਹੋ ਰਹੀ, ਇਹ ਆ ਸੱਚੀ ਸੁੱਚੀ ਸ਼ਰਧਾਂਜਲੀ ਜਿਹੜੀ ਸਾਰਿਆਂ ਨੇ ਦਿੱਤੀ, ਕਿਉਂਕਿ ਸਾਰਿਆਂ ਕੋਲੋਂ ਹੀ। ਮੈਂ ਵੀ ਸਮਝਦੀ ਮੇਰੇ ਸ਼ਬਦ ਸੁਖਰਾਜ ਦੀ ਸ਼ਰਧਾਂਜਲੀ ਦੇ ਹਾਨੀ ਨਹੀਂ ਹੈ, ਛੋਟੇ ਆ। ਜਿੰਨਾ ਘਾਟਾ ਪਰਿਵਾਰ ਨੂੰ ਪਿਆ ਹੈ, ਜਿੰਨਾ ਘਾਟਾ ਸਮਾਜ ਨੂੰ ਪਿਆ ਹੈ, ਉਹ ਦੱਸਣ ਦੀ ਲੋੜ ਨਹੀਂ। ਆ ਇਕੱਠ ਦੱਸਦਾ ਹੈ, ਕਹਿੰਦੇ ਦੁੱਧ ਨੂੰ ਅਸੀਂ ਲੀਟਰ ਨਾ ਮਿਲਦੇ ਹਾਂ, ਕੱਪੜੇ ਨੂੰ ਅਸੀਂ ਮੀਟਰ ਨਾ ਮਿਲਦੇ ਹਾਂ, ਬਸ ਜਿਹੜੀ ਠੋਸ ਹੁੰਦੀ ਉਹਨੂੰ ਅਸੀਂ ਕਿਲੋਗ੍ਰਾਮਾਂ ਨਾਲ ਮਿਲਦੇ ਹਾਂ, ਅਤੇ ਅਸੀਂ ਪਰਿਵਾਰ ਦੀ ਖੱਡੀ ਨੂੰ ਜਦੋਂ ਭੋਗ ਵਿੱਚ ਜਿਹੜੇ ਲੋਕ ਇਕੱਠੇ ਹੋਏ ਹੁੰਦੇ ਹਨ ਵਨਗੀਆਂ ਦੇ, ਅਤੇ ਇਕੱਠ ਜ਼ਿਆਦਾ ਹੋਵੇ ਉਹਨੂੰ ਅਸੀਂ ਉਸ ਪਰਿਵਾਰ ਦੀ ਖੱਡੀ ਦਾ ਬਰ ਮਿਲਦੇ। ਅਤੇ ਮੈਨੂੰ ਨਹੀਂ ਦੱਸਣ ਦੀ ਲੋੜ ਕਿ ਸੁਖਰਾਜ ਦੀ ਖੱਡੀ ਦਾ ਬਰ ਕੀ ਸੀ। ਉਹਦੇ ਪਿਤਾ ਜੀ ਵੀ ਨਹੀਂ ਆ,
घर च बहुत वड्डा घाटा पिया जिहड़ा कदी नहीं पूरिया जा सकता। बाकी जसविंदर बेटे ने कहा है कि सुखराज के नाँ ते इत्थे कुछ होना चाहिए है। मैं स्कूल बारे हंगारा करता, स्कूल जिस तरह का कहोगे बनाया जाएगा। जे दसवीं का है तो अपग्रेड करांगे, बिल्डिंग देवांगे। जे प्रायमरी आ तो उन्हों हाई तक जा एलीमेंटरी तक लैके जाया जाओ, ये मेरा वादा है। सुख नाल सुखविंदर सिंह सरकारिया कैबिनेट मिनिस्टर साढ़े उन्होंने भी कहांगे, क्योंकि बहुत वधिया नेक बंदा है सुख भी, वो भी ड्यूटी लगावे कि आप सुखराज के नाँ पर कुछ करना है। फिर फुल तारे की लोड़ नहीं आ, जे सुखराज की इतने कोई चीज़ होएगी, इतने कोई वो याद चुसरिया होगा तो रोज़ लोग वेखणगे सुखराज। आने वाली पीढ़ी पूछूगी सुखराज है कौन सी, फिर उन्होंने पेरेंट्स वो परिवार मैंबर सारे दसणगे कि एक तोहफा सी ठट्ठी पिंड में मिलिया, जिहड़ा बहुत छेती छोटी उम्र च लंबिया पलंगा मार के इस दुनिया तो परिवार को छड़ के चलिया गया, सारियां नूं रोंदियां करलाउंदियां छड्डिया गया। गुरजीत ने आना सी पर वह शाहकोट, उन्हें मैनू उत्थों कहा कि मामा सुखराज दे भोग ते जरूर जाणा। मैंने पूछा सुखराज कौन है, सुखराज की आ, क्योंकि क्यों पूछना है, आ जिथे भी तुसीं जाओ तुहानूं पता चल जाता है जिहदे भोग ते आए हो की आ। मैं महसूस किया है कि विलखण चीज़ सी, एक हीरा सी इस पिंड में मिलिया। मैं पिंड बारे भी मेरी भी जानकारी नहीं, मैं कह मैं 10 सालों तो जानती, मैं 20 सालों तो जानती, मैं पार्टी से आया 1 साल सवा साल मैनू होया, मेरी इन्नी की जानकारी है। सो मैं अपने सारी कांग्रेस चाहे वह पंजाब की है चाहे सेंटर से है वो वालों तो सारे पंजाब मावं वालों अपने बेटे नूं पार्टी वालों श्रद्धा के फुल ते मावं वालों प्यार के फुल सुखराज नूं भेट करदी हां। तो जिस तरह रागियां ने कहा सी स्वर्ग नरक कोई नहीं, मैं भी सहमत हाँ। सचखंड सचखंड वो जिथे गुरु शब्द का प्रवाह चलता, इस करके कदे भी नहीं किसी ने कहा, हमेशा कहने स्वर्गों च लै जी नरकों च ना खड़ी, स्वर्ग नरक सतियो है ही कोई नहीं है। इस करके असी सारे कहने कि गुरु चरणों च जोड़ियो। सो सुखराज जिदन इतों गया है सीधा गुरु चरणों च गया है, उन्होंने हूँ होर पुट के उत्थे जोड़न की लोड़ नहीं, क्योंकि गुरमुख जन्म सवार दरगे चलिया सच्ची दरगाह जाए सच्चा पिंड चलिया। इन्ना ही कह के जे मेरे को गलत शब्द निकल गया हो मैं माफ़ी मंगती हाँ। तो स्कूल की जिम्मेवारी लैनी है इस पिंड के स्कूल की, जिदे उत्ते सुखराज नाम का एक बोर्ड 19 दे विच लगता है। वाहिगुरु जी का खालसा वाहिगुरु जी की। जिन्होंने स्कूल वालों भरी आ, मैं बेनती करांगा हुण जिस तरह से जिला प्रधान अते सरदार सुरजीत सिंह सरकार जी के भतीजे दिलराज सिंह जी ने भी बेनती करांगा कि वो एक अज ऐलान करके जान दिलराज सिंह और सुखराज सिंह बारे कि वह स्टेडियम उत्थे जरूर बनाउण। श्री गुरु ग्रंथ साहब की पावन हजूरी में बैठी गुरु प्यारी साध संगत जी फतेह प्रवान करो, वाहगुरु जी का खालसा श्री वाहगुरु जी की फतेह। बहुत ही सोगमई और दुखदायी दिन असं सारे इकट्ठे हुए हैं। मेरा बहुत ही सत्कारयोग वड्डा वीर सुखराज परमात्मा वालों दिते हुए श्वास पूरे करके परमात्मा के चरणों में जा विराजा, उसकी अंतिम अरदास में शामिल होने लई कैबिनेट मंत्री सरदार सुखविंदर सिंह सरकारिया जी ने आप आना सी, पर सीएम साहब ने उन्होंने पटियाले जाने की ड्यूटी ला दी, उत्थे कोई नहरां की डिवेलपमेंट होनी और वो मौके पर सरकारिया साहब ने जाना पिया। और मैनू सवेरे फोन आया कि इतने आई हुई संगतों तो मेरी गैर हाजिरी लिए मुआफी मंगनी और परिवार को मेरे वालों आश्वासन देना कि इस दुख की घड़ी में सरकारिया साहब इस परिवार के नाल ने। सतसंगत जी सुखराज वीर की महानता बहुत वड्डी और साडे कोल बड़े छोटे ने, मेरे को सही मायने च कोई अल्फाज नहीं है कि मैं बोला इस परिवार का दुख घट छोटे। इस वीर ने अपनी जिंदगी में पहली वोट सरकारिया साहब ने पाई सी और अंतिम वोट भी सरकारिया साहब ने पाई सी। इमानदारी
ਉਹਦੀ ਸਿੰਸੈਰਿਟੀ ਦੇ ਲੋਕ ਇੱਦਾਂ ਕਾਇਲ ਸੀ। ਅੱਜ ਇੱਡਾ ਵੱਡਾ ਇਕੱਠ, ਮੇਰੇ ਤੋਂ ਪਹਿਲੋਂ ਬੁਲਾਰਿਆਂ ਨੇ ਕਿਹਾ ਇੱਡਾ ਵੱਡਾ ਇਕੱਠ, ਇਸ ਗੱਲ ਦਾ ਪ੍ਰਮਾਣ ਆ ਕਿ ਸੁਖਰਾਜ ਵੀਰ ਨੇ ਨੇਕੀ ਦੀ ਕਿੰਨੀ ਕਮਾਈ ਕੀਤੀ, ਸੰਗਤ ਲਈ ਕਿੰਨੀ ਨੇਕੀ ਕੀਤੀ, ਇਸ ਪਿੰਡ ਲਈ ਉਹਨੇ ਕਿੰਨੀ ਮਿਹਨਤ ਕੀਤੀ। ਸਾਧ ਸੰਗਤ ਜੀ, ਸਰਕਾਰੀਆ ਸਾਹਿਬ 1997 ਵਿੱਚ ਪਹਿਲੀ ਵਾਰੀ ਰਾਜਾ ਸਾਂਸੀ ਹਲਕੇ ਵਿੱਚੋਂ ਚੋਣ ਲੜੇ ਸੀ। ਉਦਣ ਤੋਂ ਲੈ ਕੇ ਅੱਜ ਤੱਕ ਸੁਖਰਾਜ ਵੀਰ ਵਰਗੇ ਮਿਹਨਤੀ ਵਰਕਰਾਂ ਕਰਕੇ, ਸਾਥੀਆਂ ਕਰਕੇ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਆ ਕਿ ਕੈਬਨਿਟ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਨੂੰ ਇੰਕਲੂਡ ਕੀਤਾ, ਮਾਲ ਮੰਤਰੀ ਬਣਾਇਆ, ਸਿੰਚਾਈ ਮੰਤਰੀ ਬਣਾਇਆ। ਪਰ ਬੜਾ ਦੁੱਖ ਆ ਕਿ ਜਿਹੜੇ ਵਰਕਰਾਂ ਦੇ ਕਰਕੇ ਅਸੀਂ ਅੱਜ ਇਸ ਮੁਕਾਮ 'ਤੇ ਪਹੁੰਚੇ ਹਾਂ, ਸਾਡਾ ਸੁਖਰਾਜ ਵੀਰ ਸਾਡੇ ਕੋਲ ਨਹੀਂ ਰਿਹਾ। ਪਿੱਛੇ ਜੀ ਅਫਸੋਸ ਕਰਨ ਆਏ ਸੀ ਮੈਨੂੰ ਰਸਤੇ ਵਿੱਚ, ਗੱਡੀ ਵਿੱਚ ਕਹਿਣ ਲੱਗੇ ਕਿ ਪਰਮਾਤਮਾ ਨਾਲ ਇੱਕ ਗਿਲਾ ਆ ਮੇਰਾ ਕਿ ਜਿਹੜੇ ਸਾਥੀਆਂ ਦੀ ਬਦੌਲਤ, ਸੁਖਰਾਜ ਵਰਗੇ ਸਾਥੀਆਂ ਦੀ ਬਦੌਲਤ ਮੈਂ ਇਸ ਮੁਕਾਮ 'ਤੇ ਪਹੁੰਚਿਆ। ਸਾਰੀ ਜ਼ਿੰਦਗੀ ਉਹਨਾਂ ਤੋਂ ਕੁਛ ਨਾ ਕੁਛ ਮੈਂ ਲੈਂਦਾ ਰਿਹਾ, ਕਦੀ ਵੋਟਾਂ ਮੰਗੀਆਂ, ਕਦੀ ਰੈਲੀਆਂ 'ਤੇ ਉਹਨਾਂ ਨੂੰ ਬੰਦੇ ਲਿਆਉਣ ਲਈ ਕਿਹਾ। ਪਹਿਲੀ ਵਾਰੀ ਜ਼ਿੰਦਗੀ ਵਿੱਚ ਮੈਂ ਉਹਨਾਂ ਨੂੰ ਕੁਛ ਦੇਣ ਦੇ ਕਾਬਲ ਹੋਇਆ, ਔਰ ਅੱਜ ਮੇਰਾ ਸਾਥੀ ਮੇਰੇ ਨਾਲ ਨਹੀਂ ਰਿਹਾ। ਰਾਜਾ ਸਾਂਸੀ ਹਲਕੇ ਦਾ ਹਰੇਕ ਕਾਂਗਰਸੀ ਵਰਕਰ, ਸਰਕਾਰੀਆ ਸਾਹਿਬ ਦਾ ਸਿਰਫ ਵਰਕਰ ਨਹੀਂ, ਉਹਨਾਂ ਦਾ ਪਰਿਵਾਰ ਦਾ, ਉਹਨਾਂ ਦੇ ਪਰਿਵਾਰ ਦਾ ਹਿੱਸਾ ਹੈ ਸਾਧ ਸੰਗਤ ਜੀ। ਇਸ ਵੀਰ ਦੀ ਮੈਂ ਜਿੰਨੀ ਵਡਿਆਈ ਕਰਾਂ ਉਨੀ ਥੋੜ੍ਹੀ, ਮਹਾਨਤਾ ਬਾਰੇ ਜਿੰਨੇ ਵੀ ਲਫ਼ਜ਼ ਕਵਾਂ ਉਨੇ ਥੋੜ੍ਹੇ। ਮੇਰੇ ਤੋਂ ਪਹਿਲਾਂ ਜਸਵਿੰਦਰ ਵੀਰ ਨੇ ਦੱਸਿਆ ਕੋਈ ਦੋ ਰਾਏ ਨਹੀਂ, ਦਫ਼ਤਰ ਆਉਣਾ ਸਭ ਤੋਂ ਵੱਡੀ ਸਿਫਤ ਸੀ ਇਹ ਸੁਖਰਾਜ ਵੀਰ ਦੀ। ਕਦੀ ਇਹਦੀ ਜ਼ਬਾਨ 'ਤੇ ਨੰਨਾ ਨਹੀਂ ਸੀ ਵੇਖਿਆ, ਕੰਮ ਚਾਹੇ ਜਿੰਨਾ ਮਰਜ਼ੀ ਔਖਾ ਹੋਏ ਹੱਸਦਿਆਂ ਹੱਸਦਿਆਂ ਕਬੂਲ ਕਰਨਾ ਔਰ ਕਹਿਣਾ ਠੀਕ ਹੈ ਵੀਰ ਜੀ ਕਰਾਂਗੇ। ਬੜੇ ਮੁਸ਼ਕਿਲ ਨੇ ਐਸੇ ਸਾਥੀ ਮਿਲਣੇ ਸਾਧ ਸੰਗਤ ਜੀ, ਇਸੇ ਲਈ ਗਿਲਾਇਆ ਪਰਮਾਤਮਾ ਨਾਲ। ਔਖੀ ਘੜੀ ਦਾ ਸਾਡਾ ਸਾਥੀ ਸੀ, ਜੇ ਪਰਮਾਤਮਾ ਨੇ ਸੁੱਖ ਲੈਣ ਦਾ ਵੇਲਾ ਦਿੱਤਾ ਤੇ ਸਾਡਾ ਸਾਥ ਛੱਡ ਗਿਆ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਅੱਜ ਦੀ ਮੇਰੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਮੈਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਨੇਕ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਔਰ ਜਿਹੜਾ ਹੁਕਮ ਸਾਧ ਸੰਗਤ ਨੇ ਸਾਨੂੰ ਲਾਇਆ ਸੁਖਰਾਜ ਵੀਰ ਦੇ ਨਾਮ 'ਤੇ ਕੋਈ ਸਟੇਡੀਅਮ ਬਣਾਉਣ ਬਾਰੇ, ਉਹ ਸਾਰੀ ਪਿੰਡ ਦੀ ਸੰਗਤ ਜਿਵੇਂ ਵੀ ਹੁਕਮ ਕਰੂਗੀ, ਸਰਕਾਰੀਆ ਸਾਹਿਬ ਦੀ ਵਿਵੇਕੀ ਗ੍ਰਾਂਟ ਵਿੱਚੋਂ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। 50 ਲੱਖ ਲੱਗੇ, ਕਰੋੜ ਲੱਗੇ, ਜਿੰਨਾ ਵੀ ਕਹੋਗੇ, ਪੈਸੇ ਕੋਈ ਮਾਇਨੇ ਨਹੀਂ ਰੱਖਦੇ। ਸਾਧ ਸੰਗਤ ਜੀ, ਸੁਖਰਾਜ ਵੀਰ ਅਰਬਾਂ ਦਾ ਮਾਲਕ ਸੀ, ਇੰਨੇ ਪੈਸਿਆਂ ਨਾਲ ਕੋਈ ਫਰਕ ਨਹੀਂ ਪੈਣਾ, ਕਾਸ਼ ਉਹਨੂੰ ਵਾਪਸ ਲੈ ਆ ਸਕਦੇ। ਇੰਨੀ ਮੇਰੀ ਅੱਜ ਦੀ ਹਾਜ਼ਰੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੇਟੇ ਤੇਰੇ ਮੂੰਹ ਕਰਾ ਤੂੰ।